ਕੀ ਸਕਰੀਨ ਦੇ ਅੱਗੇ ਬੈਠ ਕੇ ਤੁਸੀਂ ਇੱਕ ਕਰਿਕੂਲਮ ਜਾਂ ਸਿਲੇਬਸ ਦੇ ਹਿੱਸੇ ਨਾਲ ਤਾਂ ਪੂਰਾ ਕਰ ਲੋਗੇ ਪਰ ਬਾਕੀ ਸਾਰੀਆਂ ਚੀਜ਼ਾਂ ਹੀ ਲਿਮਟਿਡ ਹੋ ਰਹੀਆਂ ਨੇ ਕਿਉਂਕਿ ਇਹ ਇੰਨੀਆ ਜ਼ਰੂਰੀ ਨਹੀਂ ਇਸ ਉਮਰ ਦੇ ਵਿੱਚ ਇਸੇ ਕਰਕੇ ਇਹ ਨਾ ਪੂਰੀਆਂ ਹੋਣ ਕਰਕੇ ਬੱਚੇ ਬਹੁਤ ਸਾਰੇ ਮਾਨਸਿਕ ਕਸ਼ਟ ਦੇ ਵਿੱਚ ਪੈ ਜਾਂਦੇ ਨੇ ਉਸ ਸਕਰੀਨ ਉਸ ਦੌਰਾਨ ਕੁਝ ਹੋਰ ਚੀਜ਼ਾਂ ਦੇਖ ਰਹੇ ਨੇ ਕੋਈ YouTube ਤੇ ਅਨਸੈਸਰੀ ਵੀਡੀਓਜ਼ ਦੇਖ ਰਹੇ ਨੇ ਇਹ ਕਦੇ ਨਾ ਭੁੱਲੋ ਕਿ ਆਖਰਕਾਰ ਤੁਸੀਂ ਪੇਰੈਂਟਸ ਹੋ ਤੁਹਾਡਾ ਹੱਕ ਹੈ ਤੁਹਾਡਾ ਰਾਈਟ ਹੈ ਤੁਹਾਡਾ ਡਰਬ ਹੈ ਬੱਚੇ ਲਈ ਸਟੈਂਡਰਡ ਗਾਈਡਲਾਈਨਸ ਤੈਅ ਕਰਨਾ ਜੇ ਤੁਸੀਂ ਨਹੀਂ ਕਰੋਗੇ ਤਾਂ ਹੋਰ ਕੌਣ ਕਰੂਗਾ ਮੋਬਾਈਲ ਤਾਂ ਬੜਿਆ ਹੀ ਨਹੀਂ ਪੜਨ ਵਾਸਤੇ ਮੋਬਾਈਲ ਤੇ ਕੰਮ ਹੋਰ ਨੇ ਮੋਬਾਈਲ ਦੀ ਸਕਰੀਨ 'ਪਾਵੇਂ ਕੰਪਨੀਆਂ ਜੋ ਮਰਜ਼ੀ ਕਹਿੰਦੇ ਨੇ ਕਿ ਇਹਦੇ 'ਚ ਇਹ ਗਲਾਸ ਹੈ ਫਲਾਣਾ 3D ਐਫਓ ਡੀਐਫ ਵਾਟੇਵਰ ਪਰ ਰੀਡਿੰਗ ਜੋ ਇੱਕ ਆਮ ਅੱਖ ਵਾਸਤੇ ਪੜਨ ਦੇ ਲਈ ਯੋਗ ਚੀਜ਼ ਹੈ ਉਹ ਯੋਗ ਚੀਜ਼ ਇੱਕ ਕਾਪੀ ਜਾਂ ਕਿਤਾਬ ਵੀ ਹੋ ਸਕਦੀ ਆ ਸਕਰੀਨ ਤੇ ਕੁਝ ਲਿミਟਿਡ ਸਮੇ ਲਈ ਹੀ ਪੜਿਆ ਜਾ ਸਕਦਾ ਦੇਖਿਆ ਜਾ ਸਕਦਾ ਕਹਿੰਦੇ ਨੇ ਕਿ ਦੇਖ ਕੇ ਹੀ ਸਿੱਖਦੇ ਨੇ ਬੱਚੇ ਤੋਂ ਪੇਰੈਂਟਸ ਆਪਣੇ ਆਪ ਦੇ ਵਿੱਚ ਹੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਡੇ ਕੋਲ ਉਹਨਾਂ ਦੀ ਸਭ ਤੋਂ ਵੱਡੀ ਕੰਪਲੇਂਟਸ ਕਾਉਂਸਲਿੰਗ ਲਈ ਆਉਂਦੇ ਨੇ ਉਹ ਕਹਿੰਦੇ ਨੇ ਕਿ ਵਾਈਫਸ ਕੰਪਲੇਂਟ ਕਰਦੀਆਂ ਨੇ ਬੱਚੇ ਕੰਪਲੇਂਟਸ ਕਰਦੇ ਨੇ ਪੇਰੈਂਟਸ ਵੀ ਕਿ ਜਦੋਂ ਸਾਡੇ ਪੇਰੈਂਟਸ ਆਉਂਦੇ ਨੇ ਤਾਂ ਡੋਰਬੈਲ ਮਾਰਦੇ ਨੇ ਅਸੀਂ ਡੋਰ ਓਪਨ ਕਰਦੇ ਆਂ ਅਸੀਂ ਤਾਂ ਬੜੇ ਸੱਜ-ਤੱਜ ਕੇ ਖੜੇ ਆਂ ਵੈਲਕਮ ਕਰਨ ਲਈ ਔਰ ਉਹ ਫੋਨ ਤੇ ਗੱਲ ਕਰਦੀ ਆਏ ਗੱਲ ਕਰਦੀ ਬੜੇ ਇੱਕ ਘੰਟਾ ਉਹਨਾਂ ਨੇ ਕੀ ਕੀ ਕੀਤਾ ਕਦੋਂ ਚੇਂਜ ਕਰ ਲਿਆ ਫੋਨ ਤੇ ਗੱਲ ਕਰਦੇ ਕਰਦੇ ਕੁਛ ਨਹੀਂ ਪਤਾ ਹਾਲਾਂਕਿ ਉਹਨਾਂ ਦੇ ਕੁਝ ਪਲਾਨ ਹੁੰਦੇ ਨੇ ਕਿ ਆਉਂਦੀ ਅਸੀਂ ਆ ਕਰਾਂਗੇ ਆ ਖਾਵਾਂਗੇ ਆ ਪੀਵਾਂਗੇ ਆ ਡਿਸਕਸ ਕਰਾਂਗੇ ਉਹ ਸਾਰਾ ਫੋਨ ਤੇ ਕਰਤਾ ਪੇਰੈਂਟਸ ਨੂੰ ਚਾਹੀਦਾ ਕਿ ਇੱਕ ਤਾਂ ਵੱਡੀਆਂ ਸਕਰੀਨਾਂ ਦਾ ਇਸਤੇਮਾਲ ਕਰਨ ਮੋਬਾਈਲ ਸਕਰੀਨ ਜਾਂ ਟੈਬ ਦੀ ਬਜਾਏ ਕਿਤੇ ਲੈਪਟਾਪ ਜਬ ਡੈਸਕਟਾਪ ਪੀਸੀ ਜਿਹੜੇ ਹੁੰਦੇ ਨੇ ਉਹਨਾਂ ਤੇ ਜੇ ਬੱਚੇ ਦੇ ਸਾਹਮਣੇ ਬਿਠਾਇਆ ਜਾਵੇ ਇੱਕ ਤਾਂ ਉਹ ਸਾਹਮਣੇ ਟੇਬਲ ਤੇ ਹੁਣ ਕਰਕੇ ਬੱਚਾ ਅਟੈਂਟਿਵਲੀ ਬੈਠੂਗਾ ਬੱਚੇ ਦੇ ਮਨ ਦੇ ਵਿੱਚ ਇਹ ਹੋਊਗਾ ਕਿ ਉਹ ਦਾ ਕਲਾਸ ਦਾ ਟਾਈਮ ਹੈ ਤੇ ਉਹ ਕੁਝ ਪ੍ਰੋਫੈਸ਼ਨਲ ਔਰ ਅਕੈਡੈਮਿਕ ਐਕਟੀਵਿਟੀ ਕਰ ਰਿਹਾ ਆ ਆਪਸੀ ਰਿਲੇਸ਼ਨ ਡਿਵੈਲਪ ਕਰਨਾ ਮੇਲ ਜੂਲ ਵਧਾਉਣਾ ਗੱਲ ਕਰਨ ਦਾ ਕੰਫੀਡੈਂਸ ਪੈਦਾ ਹੋਣਾ ਰਿਸ਼ਤੇ ਨਾਤੇਆਂ ਨੂੰ ਮੇਨਟੇਨ ਕਰਨ ਦੀ ਕੈਪੈਸਿਟੀ ਹੋਣੀ ਅਗਰ ਇਹ ਸੇ ਕੈਪੈਸਿਟੀ ਕਰਕੇ ਹੀ ਥਰੂਆਊਟ ਲਾਈਫ ਉਹ ਇੱਕ ਸਕਸੈਸਫੁਲ ਫੈਮਿਲੀ ਲਾਈਫ ਸਮਾਜਿਕ ਲਾਈਫ ਤੇ professionl ਲਾਈਫ ਬਤੀਤ ਕਰ ਸਕਦਾ ਹੈ ਪਰ ਬੱਚੇ ਆਨਲਾਈਨ ਤੋਂ ਇਹ ਚੀਜ਼ਾਂ ਬਿਲਕੁਲ ਨਹੀਂ ਸਿੱਖ ਸਕਦੇ ਜਾਂ ਤੁਸੀਂ ਕਹੋ ਕਿ ਆਨਲਾਈਨ ਗੇਮਸ ਦੇ ਵਿੱਚ ਆ ਗਏ ਨੇ ਜਿਹੜੀਆਂ ਕਿ ਅਲਟੀਮੇਟਲੀ ਉਹਨਾਂ ਦਾ ਕੰਸਟਰਕਟ ਸਮਾ ਜਿਹੜਾ ਉਸ ਨੂੰ ਖਰਾਬ ਕਰ ਰਹੇ ਨੇ ਜਿਨ੍ਹਾਂ ਨਾਲ ਬੱਚਾ ਨੂੰ ਮੋਬਾਈਲ ਦਾ ਆਦੀ ਹੋ ਰਿਹਾ ਲੰਬੇ ਸਮੇਂ ਸਕਰੀਨ ਤੇ ਬੈਠਣ ਕਰਕੇ ਉਹਨਾਂ ਨੂੰ ਅੱਖਾਂ ਦੇ ਵਿੱਚ ਪ੍ਰੋਬਲਮਾਂ ਜਲਣ ਹੈਡੇਕ ਬਾਡੀਏ ਕਹਿੰਦੀਆਂ ਕੰਪਲੇਂਟਸ ਆ ਰਹੀਆਂ ਨੇ ਔਰ ਇਹ ਕੁਲ ਮਲਾਕੇ ਇਹ ਬਿਨਾ ਸੁਪਰਵੀਜ਼ਨ ਤੋਂ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਹੋ ਬਹੁਤ ਤਰ੍ਹਾਂ ਨਾਲ ਬੱਚਿਆਂ ਨੂੰ ਪ੍ਰੋਬਲਮ ਕ੍ਰੀਏਟ ਕਰ ਰਿਹਾ ਕੀ ਤੁਸੀਂ ਹਾਲੇ ਵੀ ਇਹ ਚੀਜ਼ ਫੇਸ ਕਰ ਰਹੇ ਹੋ ਕਿ ਪੇਰੈਂਟ ਸੋਚਦੇ ਨੇ ਕਿ ਸਾਈਕੀਆਟ੍ਰਿਸ ਕੋਲ ਨਹੀਂ ਜਾਣਾ ਜਾਂ ਸਾਈਕੋਲੋਜਿਸਟ ਕੋਲ ਨਹੀਂ ਜਾਣਾ ਇਹ ਇੰਨੀ ਅਵੇਅਰਨੈਸ ਸੋਸ਼ਲ ਮੀਡੀਆ 'ਚ ਹਾਲੇ ਅਵੇਅਰ ਕੀਤੀ ਜਾ ਰਹੀ ਹੈ ਗੱਲ ਹੁੰਦੀ ਹੈ ਲਗਾਤਾਰ ਬਟ ਕੀ ਅਸੀਂ ਫਿਰ ਵੀ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਹਾਂ ਨਾਲ ਇਹ ਸੋਚਦੇ ਨੇ ਕਿ ਅਸੀਂ ਕੋਈ ਟੈਗ ਲੱਗ ਜਾਊਗਾ ਜਾਂ ਕੋਈ ਸਾਈਕੋਲੋਜਿਸਟ ਕੋਲ ਜਾਣਾ ਕਾਉਂਸਲਰ ਕੋਲ ਜਾਣਾ ਸੈਕਟਰੀਸਟ ਕੋਲ ਜਾਣਾ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਬੁਰਾ ਹੁੰਦਾ ਸਸ਼ਿਕਾ ਗੱਲ ਕਰਾਂਗੇ ਮੈਂਟਲ ਹੈਲਥ ਦੇ ਬਾਰੇ ਤੇ ਖਾਸ ਕਰ ਬੱਚੇ ਇਸ ਵਕਤ ਆਪਣੀ ਮੈਂਟਲ ਹੈਲਥ ਦਾ ਕਿਵੇਂ ਧਿਆਨ ਰੱਖਣ ਤੇ ਪੇਰੈਂਟਸ ਉਹਨਾਂ ਲਈ ਕੀ ਕੀ ਕਰਨ ਇਸ ਦੇ ਸਿਲਸਿਲੇ ਵਿੱਚ ਅਸੀਂ ਗੱਲਬਾਤ ਕਰਾਂਗੇ ਡਾਕਟਰ ਦਰਲੋਚਨ ਸਿੰਘ ਜੀ ਹੋਂਜਨ ਹਸਪੀਟਲ ਤੋਂ ਸਾਡੇ ਨਾਲ ਮੌਜੂਦ ਹਨ ਸਰ ਬਹੁਤ ਬਹੁਤ ਸਵਾਗਤ ਹੈ ਸਸ਼ਿਕਾ ਸਾਰਿਆਂ ਨੂੰ ਧੰਨਵਾਦ ਤੁਹਾਡਾ ਤੇ ਜਿਵੇਂ ਕਿ ਮੈਂ ਗੱਲ ਕੀਤੀ ਸਾਡੇ ਐਪੀਸੋਡ 2 ਦਾ ਵਿਸ਼ਾ ਹੋਏਗਾ ਮੈਂਟਲ ਹੈਲਥ ਕਿਉਂਕਿ ਅਸੀਂ ਦੇਖ ਰਿਹਾ ਲਗਾਤਾਰ ਆਨਲਾਈਨ ਕਲਾਸਿਸ ਜਿਹੜੇ ਪਿਛਲੇ ਸਾਲ ਵੀ ਚੱਲਦੀਆਂ ਸਨ ਕੋਵਿਡ ਕਰਕੇ ਆਨਲਾਈਨ ਕਲਾਸਿਸ ਬੱਚੇ ਲੈ ਰਹੇ ਸਨ ਤਾਂ ਉਦੋਂ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਏ ਤੇ ਅਸੀਂ ਹੁਣੇ ਰੀਸੈਂਟਲੀ ਸਟੈਟਸ ਪੜ੍ਹਿਆ ਕਿ ਫੇਰ ਡਿਪਰੈਸ਼ਨ ਦੇ ਮਾਮਲੇ ਬੱਚਿਆਂ ਵਿੱਚ ਖਾਸ ਕਰਕੇ ਜੋ ਆਨਲਾਈਨ ਕਲਾਸਿਸ ਲਗਾ ਰਹੇ ਨੇ ਉਹ ਵੱਧਦੇ ਚਲੇ ਜਾ ਰਹੇ ਨੇ ਤਾਂ ਕਿੰਨੇ ਤੁਹਾਡੇ ਕੋਲ ਪੇਸ਼IENTS ਆਉਂਦੇ ਨੇ ਤੇ ਕਿਸ ਤਰ੍ਹਾਂ ਇਸ ਨਾਲ ਡੀਲ ਕੀਤਾ ਜਾ ਸਕਦਾ ਹੈ ਦੇਖੋ ਬਿਲਕੁਲ ਪਹਿਲਾਂ ਤਾਂ ਮੈਂ ਇਹ ਗੱਲ ਤੈਅ ਆ ਕਿ ਜਿਹੜੀਆਂ ਕਿ ਆਨਲਾਈਨ ਕਲਾਸਿਸ ਇਹ ਨਾ ਜਿਹੜਾ ਪਰਪਸ ਹੈ ਇਸ ਸਕੂਲ ਜਿਹੜੇ ਕਿ ਸਪੈਸ਼ਲੀ ਜਿਹੜੇ ਬੱਚੇ ਨੇ ਸਕੂਲ ਲੈਵਲ ਤੇ ਜਿਹੜੀ ਐਜੂਕੇਸ਼ਨ ਹੁੰਦੀ ਆ ਉਹ ਜਿਆਦਾ ਫੈਕਚੁਅਲ ਐਜੂਕੇਸ਼ਨ ਨਹੀਂ ਹੈਗੀ ਮਤਲਬ ਕੁਝ ਸਕੂਲ ਦੇ ਵਿੱਚ ਆਪਾਂ ਇਹ ਜੀਆਂ ਚੀਜ਼ਾਂ ਨਹੀਂ ਸਿਖਾਉਂਦੇ ਕਿ ਬੰਦੇ ਨੂੰ ਆਪਾਂ ਇੰਟੈਲੈਕਚੁਅਲੀ ਬਹੁਤ ਵਿਗਿਆਨੀ ਬਣਾਈਏ ਜਿਆਦਾ ਜਿਹੜਾ ਮਕਸਦ ਸਕੂਲ ਐਜੂਕੇਸ਼ਨ ਦਾ ਉਹ ਹੈਗਾ ਕਿ ਬੱਚੇ ਆਪਸੀ ਰਿਸ਼ਤੇ ਕਿਵੇਂ ਡਵੈਲਪ ਕਰਨ ਸੋਸ਼ਲਾਈਜੇਸ਼ਨ ਕਿਵੇਂ ਕਰਨ ਇੱਕ ਦੂਜੇ ਨਾਲ ਮਿਲਣਾ ਜੁਲਣਾ ਕਿਵੇਂ ਸਿੱਖਣ ਸਪੋਰਟਸ ਵਰਗੀਆਂ ਐਕਟੀਵਿਟੀਜ਼ ਤੇ ਜਾ ਕੇ ਆਪਣੀ ਸਰੀਰਕ ਡਵੈਲਪਮੈਂਟ ਕਿਵੇਂ ਕਰਨ ਪਰ ਤੁਸੀਂ ਦੇਖੋ ਆਨਲਾਈਨ ਕਲਾਸਾਂ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਤੋਂ ਬੱਚੇ ਵਾਂਝੇ ਰਹਿ ਰਹੇ ਨੇ ਔਰ ਇਹੀ ਸਮਾਂ ਜਿੱਥੇ ਇਹ ਸਾਰੀਆਂ ਚੀਜ਼ਾਂ ਆਪਸੀ ਰਿਲੇਸ਼ਨ ਡਿਵੈਲਪ ਕਰਨਾ ਮੇਲ ਜੂਲ ਵਧਾਉਣਾ ਗੱਲ ਕਰਨ ਦਾ ਕੰਫੀਡੈਂਸ ਪੈਦਾ ਹੋਣਾ ਰਿਸ਼ਤੇ ਨਾਤੇਆਂ ਨੂੰ ਮੇਨਟੇਨ ਕਰਨ ਦੀ ਕਪੈਸਿਟੀ ਹੋਣੀ ਅਗਰ ਇਸੇ ਕਪੈਸਿਟੀ ਕਰਕੇ ਹੀ ਥਰੂ ਆਊਟ ਲਾਈਫ ਉਹ ਇੱਕ ਸਕਸੈਸਫੁਲ ਪਰਿਵਾਰਕ ਲਾਈਫ ਸਮਾਜਿਕ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਬਤੀਤ ਕਰ ਸਕਦਾ ਹੈ ਪਰ ਬੱਚੇ ਆਨਲਾਈਨ ਤੋਂ ਇਹ ਚੀਜ਼ਾਂ ਬਿਲਕੁਲ ਨਹੀਂ ਸਿੱਖ ਸਕਦੇ ਇੱਕ ਸਕਰੀਨ ਦੇ ਅੱਗੇ ਬੈਠ ਕੇ ਤੁਸੀਂ ਇੱਕ ਕਰਿਕੂਲਮ ਜਾਂ ਸਿਲੇਬਸ ਦੇ ਹਿੱਸੇ ਨਾਲ ਤਾਂ ਪੂਰਾ ਕਰ ਲੋਗੇ ਪਰ ਬਾਕੀ ਸਾਰੀਆਂ ਚੀਜ਼ਾਂ ਹੀ ਲਿਮਿਟਿਡ ਹੋ ਰਹੀਆਂ ਨੇ ਕਿਉਂਕਿ ਇਹ ਇੰਨੀਆਂ ਜ਼ਰੂਰੀ ਨੇ ਇਸ ਉਮਰ ਦੇ ਵਿੱਚ ਇਸੇ ਕਰਕੇ ਇਹ ਨਾ ਪੂਰੀਆਂ ਹੋਣ ਕਰਕੇ ਬੱਚੇ ਬਹੁਤ ਸਾਰੇ ਮਾਨਸਿਕ ਕਸ਼ਟ ਦੇ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਬਰਦਾਸ਼ਤ ਕਰਨਾ ਨਹੀਂ ਆਉਂਦਾ ਉਹਨਾਂ ਨੂੰ ਇੱਕ ਦੂਜੇ ਨਾਲ ਸਹਿਯੋਗ ਕਰਨਾ ਨਹੀਂ ਆਉਂਦਾ ਗੱਲ ਮੰਨਵਾਉਣ ਲਈ ਪੇਸ਼ੈਂਸ ਕਦੋਂ ਕਿਹੜੀ ਗੱਲ ਦੀ ਨੀਡ ਐ ਇਹਨੇ ਇੰਪਲਸਿਵ ਹੋ ਰਹੇ ਨੇ ਔਰ ਉਹਨਾਂ ਨੂੰ ਟਾਈਮ ਮੈਨੇਜਮੈਂਟ ਨਹੀਂ ਪਤਾ ਉਹਨਾਂ ਨੂੰ ਪ੍ਰਾਇੋਰਟੀ ਸੈੱਟ ਕਰਨਾ ਕਦੋਂ ਕੀ ਕਰਨਾ ਹੁੰਦਾ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਆ ਇਹ ਸਾਰੀਆਂ ਚੀਜ਼ਾਂ ਕਰਕੇ ਉਹਨਾਂ ਦੀ ਜਿਹੜਾ ਓਵਰਆਲ ਵਿਕਾਸ ਆ ਉਸ ਤੇ ਫਰਕ ਪੈ ਰਿਹਾ ਜਿਸ ਦੇ ਕਰਕੇ ਅਲਟੀਮੇਟਲੀ ਉਦਾਸੀ ਚਿੰਤਾ ਜਾਂ ਡਿਪਰੈਸ਼ਨ ਬੱਚਿਆਂ ਨੂੰ ਇਸੇ ਉਮਰ ਦੇ ਵਿੱਚ ਆ ਰਹੇ ਨੇ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਕਿੰਨੇ ਬੱਚੇ ਆ ਰਹੇ ਨੇ ਆ ਦੇਖੋ ਬਹੁਤ ਜ਼ਿਆਦਾ ਤਾਂ ਨਹੀਂ ਆ ਰਹੇ ਕਾਰਨ ਇਹ ਕਿ ਅਵੇਅਰਨੈਸ ਦੀ ਕਮੀ ਇੰਨੀ ਘੱਟ ਆ ਲੋਕਾਂ ਚ ਕਿ ਲੋਕ ਇਹਨਾਂ ਚੀਜ਼ਾਂ ਲਈ ਡਾਕਟਰ ਕੋਲ ਸਾਈਕੋਲੋਜਿਸਟ ਕੋਲ ਕਾਉਂਸਲਰ ਕੋਲ ਜਾਂਦੇ ਹੀ ਨਹੀਂ ਜੇ ਬੱਚੇ ਆ ਰਹੇ ਨੇ ਉਹ ਜਾ ਰਹੇ ਨੇ ਕੋਈ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆ ਕਿਸੇ ਨੂੰ ਬਾਡੀ ਪੇਨ ਹੈਡੇਕ ਦੀ ਪ੍ਰੋਬਲਮ ਆ ਕੁੱਕ ਮੁਕਮਾ ਆ ਕੇ ਜਦੋਂ ਅੱਖਾਂ ਵਾਲੇ ਡਾਕਟਰ ਸਿਰਦਰਦ ਵਾਲੇ ਡਾਕਟਰ ਸਰੀਰਕ ਸਮੱਸਿਆਵਾਂ ਵਾਲੇ ਡਾਕਟਰ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਮਾਨਸਿਕ ਤਣਾਅ ਵੀ ਹੈ ਇਸ ਕਰਕੇ ਤੁਸੀਂ ਸਾਈਕੋਲੋਜਿਸਟ ਜਾਂ ਕਿਸੇ ਕਾਉਂਸਲਰ ਕੋਲ ਜਾਓ ਫਿਰ ਲੋਕੀ ਸਾਡੇ ਕੋਲ ਆਉਂਦੇ ਨੇ ਕਿਉਂਕਿ ਕੋਈ ਵੀ ਪੇਰੈਂਟਸ ਆ ਡਾਇਰੈਕਟਲੀ ਇਹ ਨਹੀਂ ਚਾਹੁੰਦਾ ਕਿ ਅਸੀਂ ਕਿਉਂ ਦਿਖਾਈਏ ਬੱਚੇ ਨੂੰ ਉਹ ਕਿਹੜਾ ਕੋਈ ਮਾਨਸਿਕ ਰੋਗੀ ਹੈ ਜਾਂ ਪਾਗਲ ਹੈ ਕਿਉਂਕਿ ਲੋਕਾਂ ਚ ਇਹਨਾਂ ਚੀਜ਼ਾਂ ਦੀ ਹਜੇ ਉਹਨੀ ਜਾਗਰੂਕਤਾ ਹੀ ਨਹੀਂ ਕਿ ਇਹ ਚੀਜ਼ਾਂ ਦੀ ਕੀ ਮਹੱਤਤਾ ਇਸ ਕਰਕੇ ਬਹੁਤ ਘੱਟ ਲੋਕੀ ਆ ਰਹੇ ਨੇ ਜਿਹੜੇ ਆ ਰਹੇ ਨੇ ਉਹ ਜ਼ਿਆਦਾਤਰ ਦੂਸਰੇ ਫਿਜੀਸ਼ੀయన్స్ ਜਾਂ ਹੋਰ ਆਈ ਸਪੈਸ਼ਲਿਸਟ ਜਾਂ ਹੋਰ ਪੀਡੀਆਟ੍ਰੀਸ਼ੀਅਨ ਜੋ ਬੱਚਿਆਂ ਦੇ ਡਾਕਟਰ ਨੇ ਉਹਨਾਂ ਵੱਲੋਂ ਰੈਫਰ ਕੀਤੇ ਜਾ ਰਹੇ ਨੇ ਇਹ ਚੀਜ਼ਾਂ ਜਦੋਂ ਨਹੀਂ ਡਿਵੈਲਪ ਹੁੰਦੀਆਂ ਤਾਂ ਬੱਚਿਆਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਬੱਚੇ ਸਕਰੀਨ ਦੇ ਆਦੀ ਹੋ ਰਹੇ ਨੇ ਸਕਰੀਨ ਦੇ ਆਦੀ ਹੋਣ ਤੋਂ ਭਾਵ ਕਿ ਉਹ ਨਾਲ-ਨਾਲ ਪੜ੍ਹਾਈ ਤੇ ਬਹੁਤ ਸਾਰੀਆਂ ਜਦੋਂ ਸਕਰੀਨ ਦਾ ਇੰਟਰਨੈਟ ਦਾ ਐਕਸੈਸ ਮਿਲ ਗਿਆ ਹਾਲਾਂਕਿ ਹੋਣਾ ਇਹ ਚਾਹੀਦਾ ਸੀ ਕੋਈ ਇਸ ਲਈ ਇੱਕ ਟੁਕਮਾ ਸਮਾਂ ਤੇ ਟੁਕਮੀ ਗਾਈਡਲਾਈਨਸ ਦੇ ਅਧਾਰ ਤੇ ਸਮਾਂ ਹੋਣਾ ਚਾਹੀਦਾ ਕਿ ਸਕਰੀਨ ਕਿਵੇਂ ਯੂਜ਼ ਕਰਨੀ ਹੈ ਇੰਟਰਨੈਟ ਕਿਵੇਂ ਯੂਜ਼ ਕਰਨਾ ਪਰ ਹੁਣ ਕਲਾਸ ਉੱਥੇ ਕੋਈ ਡਿਸਪਲਿਨ ਨਾ ਹੋਣ ਕਰਕੇ ਟੀਚਰ ਦੀ ਇਨਸਟਰక్టర్ ਦੀ ਫਿਜ਼ੀਕਲ ਪ੍ਰੈਜ਼ੈਂਸ ਹੋਣ ਕਰਕੇ ਨਾ ਕੋਈ ਮੋਟੀਵੇਸ਼ਨ ਨਾ ਹੀ ਕੋਈ ਇਨਸਪੀਰੇਸ਼ਨਲ ਲਰਨਿੰਗ ਦੀ ਸਿਰਫ ਇੰਨਾ ਰੈਗੂਲਰ ਇਹ ਚੀਜ਼ ਹੋਣ ਦੇ ਬਾਵਜੂਦ ਬੱਚੇ ਇੰਨਾਂ ਚੀਜ਼ਾਂ ਤੋਂ ਬੋਰ ਹੋ ਚੁੱਕੇ ਨੇ ਅੱਕ ਚੁੱਕੇ ਨੇ ਔਰ ਉਹ ਇੱਕ ਇੰਨੇ ਇਸ ਚੀਜ਼ ਲਈ ਆਦੀ ਹੋ ਚੁੱਕੇ ਨੇ ਕਿ ਇਹਦਾ ਮਕਸਦ ਤਾਂ ਸਿਰਫ ਇੱਕ ਵਾਰ ਔਨ ਕਰਕੇ ਕੈਮਰਾ ਆਫ ਕਰਕੇ ਛੱਡਣਾ ਹੁੰਦਾ ਉਸ ਤੋਂ ਬਾਅਦ ਜੋ ਮਰਜ਼ੀ ਕਰੋ ਔਰ ਨਾ ਹੀ ਬਹੁਤੇ ਪੇਰੈਂਟਸ ਨੇ ਜੋ ਦੇਖ ਰਹਿਣੇ ਕਿ ਬੱਚੇ ਔਨਲਾਈਨ ਕਲਾਸ ਦੇ ਵਿੱਚ ਪਾਰਟਿਸਿਪੇਟ ਕਰਨੇ ਰਹੇ ਨੇ ਜਾਂ ਨਹੀਂ ਕਰ ਰਹੇ ਇਸ ਕਰਕੇ ਉਹ ਉਹਨਾਂ ਦੀ ਨਿਗਾਹ ਤੋਂ ਪਰੇ ਨੇ ਉਹ ਸਕਰੀਨ ਉਸ ਦੌਰਾਨ ਕੁਝ ਹੋਰ ਚੀਜ਼ਾਂ ਦੇਖ ਰਹੇ ਨੇ ਕੋਈ YouTube ਤੇ ਅਨੈਸੈਸਰੀ ਵੀਡੀਓਜ਼ ਦੇਖ ਰਹੇ ਨੇ ਜਾਂ ਤੁਸੀਂ ਕਹੋ ਕਿ ਆਨਲਾਈਨ ਗੇਮਸ ਦੇ ਵਿੱਚ ਆ ਗਏ ਨੇ ਜਿਹੜੀਆਂ ਕਿ ਅਲਟੀਮੇਟਲੀ ਉਹਨਾਂ ਦਾ ਕਨਸਟਰਕਟਿਵ ਸਮਾਂ ਜਿਹੜਾ ਉਸ ਨੂੰ ਖਰਾਬ ਕਰ ਰਹੇ ਨੇ ਜਿਨ੍ਹਾਂ ਨਾਲ ਕਿਰਾਂ ਨੂੰ ਮੋਬਾਈਲ ਦਾ ਆਦੀ ਹੋ ਰਿਹਾ ਲੰਬੇ ਸਮੇਂ ਸਕਰੀਨ ਤੇ ਬੈਠਣ ਕਰਕੇ ਉਹਨਾਂ ਨੂੰ ਅੱਖਾਂ ਦੇ ਵਿੱਚ ਪ੍ਰੋਬਲਮਾਂ ਜਲਨ ਹੈਡੇਕ ਬਾਡੀਏਕ ਇਹ ਜੀਆਂ ਕੰਪਲੇਂਟਸ ਆ ਰਹੀਆਂ ਨੇ ਔਰ ਇਹ ਕੁਲ ਮਲਾਕੇ ਇਹ ਬਿਨਾ ਸੁਪਰਵੀਜ਼ਨ ਤੋਂ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਹੋ ਬਹੁਤ ਤਰ੍ਹਾਂ ਨਾਲ ਬੱਚਿਆਂ ਨੂੰ ਪ੍ਰੋਬਲਮ ਕ੍ਰੀਏਟ ਕਰ ਰਿਹਾ ਤੇ ਇਸ ਦਿਨ ਹਾਲੀ ਵੈਸੇ ਤਾਂ ਇਹ ਸਵਾਲ ਸੀਗਾ ਨਹੀਂ ਬਟ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੀ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਲੇ ਵੀ ਲੋਕ ਕਤਰੌਂਦੇ ਨੇ ਕਿ ਵੈਸੇ ਤਾਂ ਸੀ ਆਨਲਾਈਨ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਨੇ ਸਾਈਡੀ ਜ਼ਿੰਦਗੀ ਕਾਫੀ ਹੱਦ ਤੱਕ ਬਦਲ ਦਿੱਤੀ ਹੈ ਲੋਕਾਂ ਦੀ ਸੋਚ ਵਿੱਚ ਵੀ ਬਦਲਾਅ ਆ ਰਿਹਾ ਹੈ ਕਿ ਕੀ ਤੁਸੀਂ ਹਲੇ ਵੀ ਇਹ ਚੀਜ਼ ਫੇਸ ਕਰ ਰਹੇ ਹੋ ਕਿ ਪੇਰੈਂਟਸ ਸੋਚਦੇ ਨੇ ਕਿ ਸਾਈਕੀਟ੍ਰਿਸ ਕੋਲ ਨਹੀਂ ਜਾਣਾ ਜਾਂ ਸਾਈਕੋਲੋਜਿਸਟ ਕੋਲ ਨਹੀਂ ਜਾਣਾ ਇਹ ਇਨੀ ਅਵੇਅਰਨੈਸ ਸੋਸ਼ਲ ਮੀਡੀਆ 'ਚ ਹਲੇ ਅਵੇਅਰ ਕੀਤੇ ਜਾ ਰਹੇ ਹੈ ਗੱਲ ਹੁੰਦੀ ਹੈ ਲਗਾਤਾਰ ਬਟ ਕੀ ਅਸੀਂ ਫਿਰ ਵੀ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਕੀ ਲੋਕ ਹਜੇ ਵੀ ਬਹੁਤ ਇਸ ਚੀਜ਼ ਤੋਂ ਚੇਤ ਮਹਿਸੂਸ ਕਰਦੇ ਨੇ ਜਾਗਰੂਕਤਾ ਦੀ ਬਹੁਤ ਹੀ ਜ਼ਿਆਦਾ ਕਮੀ ਆ ਨਾਟ ਓਨਲੀ ਕਿ ਪਿੰਡਾਂ ਵਾਲੇ ਜਾਂ ਘੱਟ ਪੜੇ ਲਿਖੇ ਲੋਕ ਲੁਧਿਆਣਾ ਜਲੰਧਰ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਲੋਕ ਵੀ ਅਕਸਰ ਸਾਨੂੰ ਮਿਲਦੇ ਨੇ ਅਸੀਂ ਡਿਫਰੈਂਟ ਸ਼ਹਿਰਾਂ ਸਾਡੇ ਸੈਂਟਰ ਨੇ ਅਸੀਂ ਦੇਖ ਰਹੇ ਹਾਂ ਉੱਥੇ ਐਜੂਕੇਟਿਡ ਹੋਣ ਦੇ ਬਾਵਜੂਦ ਅਪਰ ਕਲਾਸ ਹੋਣ ਦੇ ਬਾਵਜੂਦ ਇੱਕ ਮੈਟਰੋ ਸਿਟੀਜ਼ ਨਾਲ ਤਾਲੁਕਤ ਰੱਖਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਚੀਜ਼ ਨੂੰ ਹਜੇ ਇੱਕ ਟੈਬੂ ਸਮਝਦੇ ਨੇ ਸਟਿਗਮਾ ਸਮਝਦੇ ਨੇ ਉਹ ਏਸੀ ਨਾਲ ਇਹ ਸੋਚਦੇ ਨੇ ਕਿ ਅਸੀਂ ਕੋਈ ਟੈਗ ਲੱਗ ਜਾਊਗਾ ਜਾਂ ਕੋਈ ਸਾਈਕੋਲੋਜਿਸਟ ਕੋਲ ਜਾਣਾ ਕਾਉਂਸਲਰ ਕੋਲ ਜਾਣਾ ਸੈਕਸੈਟਰਿਸਟ ਕੋਲ ਜਾਣਾ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਬੁਰਾ ਹੁੰਦਾ ਪਰ ਮੈਂ ਸੋਨ ਸਾਰਿਆਂ ਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੇਟ ਦਰਦ ਲਈ ਬੁਖਾਰ ਹੋਣ ਤੇ ਅਸੀਂ ਅੱਧੀ ਰਾਤ ਨੂੰ ਵੀ ਗਵਾਂਢੀ ਨੂੰ ਉਠਾ ਲੈਨੇ ਆ ਕਿ ਉਠੋ ਜੀ ਮੈਂ ਡਾਕਟਰ ਕੋਲ ਜਾਣਾ ਤੁਹਾਡੀ ਗੱਡੀ ਕੱਢੋ ਮੈਨੂੰ ਲੈ ਜਾਓ ਬਿਨਾਂ ਝਿਜਕਦੇ ਇਸੇ ਤਰੀਕੇ ਨਾਲ ਸਰੀਰ ਕਰੋਗੇ ਵਾਂਗੂ ਹੀ ਵੀ ਮਾਨਸਿਕ ਸਮੱਸਿਆਵਾਂ ਨੇ ਜਦੋਂ ਵੀ ਤੁਹਾਨੂੰ ਕੁਝ ਲੱਗਦਾ ਤੁਹਾਨੂੰ ਉਸੇ ਈਗਰਨੈਸ ਨਾਲ ਦੂਜਿਆਂ ਦੀ ਮਦਦ ਮੰਗਣੀ ਚਾਹੀਦੀ ਹੈ ਤੇ ਪ੍ਰੋਫੈਸ਼ਨਲ ਹੈਲਪ ਲਈ ਜਾਣਾ ਚਾਹੀਦਾ ਕਿਉਂਕਿ ਜਿਵੇਂ ਸਰੀਰ ਦੇ ਡਾਕਟਰ ਨੇ ਉਸੇ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਦੇ ਭਾਵਨਾਵਾਂ ਦੇ ਵੀ ਡਾਕਟਰ ਨੇ ਜਿਨ੍ਹਾਂ ਨੂੰ ਸੈਕਟਰਿਸਟ ਕਾਉਂਸਲਰ ਜਾਂ ਸਾਈਕੋਲੋਜੀਸਟ ਕਹਿੰਦੇ ਆ ਇਹਦੇ ਵਿੱਚ ਜਾਣ ਨੂੰ ਇਸ ਦੀ ਹੈਲਪ ਨੂੰ ਅਪਰੋਚ ਕਰਨ ਲਈ ਕੋਈ ਬੁਰੀ ਗੱਲ ਨਹੀਂ ਸਗੋਂ ਜਿੰਨੀ अर्ली ਲੈਵਲ ਤੇ ਜਿੰਨੇ ਪਹਿਲੀਆਂ ਦੇ ਵਿੱਚ ਆਪਾਂ ਇਸ ਚੀਜ਼ ਲਈ ਹੈਲਪ ਲਵਾਂਗੇ ਉਹਨਾਂ ਦੀ ਜਲਦੀ ਇਹ ਸਮੱਸਿਆ ਦਾ ਹੱਲ ਆ ਜਾਊਗਾ ਜਿੰਨੀ ਲੇਟ ਲਵਾਂਗੇ ਉਹਨਾਂ ਹੀ ਇਲਾਜ ਲੰਬਾ ਤੇ ਗੰਭੀਰ ਹੁੰਦਾ ਜਾਊਗਾ ਜੀ ਅ ਨਿਸ਼ੇ ਤੇ ਵਾਪਸ ਆਉਂਦੇ ਆ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਮੈਂਟਲ ਹੈਲਥ ਦੀ ਤਾਂ ਮੈਂਟਲ ਹੈਲਥ ਜੋ ਬੱਚੇ ਇਸ ਵਕਤ ਇਸ ਨਾਲ ਡੀਲ ਕਰ ਰਹੇ ਨੇ ਜੋ ਪਰੇਸ਼ਾਨੀ ਫੇਸ ਕਰਦੇ ਨੇ ਇੱਕ ਅੱਜਕੱਲ ਬੱਚਿਆਂ ਵਿੱਚ ਕਨਸੈਂਟਰੇਟਿੰਗ ਪਾਵਰ ਬਹੁਤ ਲੋ ਹੋ ਗਈ ਹੈ ਕੁਝ ਗੱਲ ਕਹਿ ਦੋ ਤਾਂ ਹਰ ਦੋ ਮਿੰਟ ਬਾਅਦ ਭੁੱਲ ਜਾਂਦੇ ਨੇ ਅਕਸਰ ਅਸੀਂ ਆਪਣੀ ਮੇਵੀ ਰੁਝੇ ਵਿਆਕਰਨ ਵੱਡੇ ਵੀ ਇਹ ਚੀਜ਼ ਫੇਸ ਕਰਦੇ ਨੇ ਬੱਚੇ ਵੀ ਬੱਚੇ ਖਾਸ ਕਰ ਜ਼ਿਆਦਾਤਰ ਕਿਉਂਕਿ ਕਿਹਾ ਜਾਂਦਾ ਬੱਚਿਆਂ ਚ ਤਾਂ એનર્ਜੀ ਬਹੁਤ ਹੁੰਦੀ ਐ ਨਹੀਂ ਛੇਤੀ ਭੁੱਲਣਾ ਚਾਹੀਦਾ ਨਹੀਂ ਬਟ ਇਹ ਬੱਚਿਆਂ ਨਾਲ ਫੇਸ ਕਰ ਰਹੇ ਹਾਂ ਕਿਉਂਕਿ ਮੈਂ ਆਲੇ ਦੁਆਲੇ ਬੱਚਿਆਂ ਨਾਲ ਰਹਿੰਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਉਹ ਕਿਸ ਤਰ੍ਹਾਂ ਬਹੁਤ ਕਨਸੈਂਟਰੇਸ਼ਨ ਪਰ ਉਹਨਾਂ ਦੀ ਬਹੁਤ ਘੱਟ ਹੋ ਗਈ ਐ ਤੇ ਇਸ ਤੇ ਮੈਂ ਪੁੱਛਣਾ ਚਾਹਾਂਗੀ ਕਿ ਮੈਂਟਲ ਹੈਲਥ ਜੋ ਸਟੂਡੈਂਟਸ ਟੀਲ ਕਰ ਰਹੇ ਨੇ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਇਸ ਨਾਲ ਟੀਲ ਕਰ ਸਕਦੇ ਨੇ ਕਿਵੇਂ ਇਸ ਤੋਂ ਬਾਹਰ ਆਣ ਦੇਖੋ ਜਿੱਥੋਂ ਸਵਾਲ ਆਨਲਾਈਨ ਟੀਚਿੰਗ ਦਾ ਹੈਗਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਆਨਲਾਈਨ ਜਿਹੜੀ ਇਸ ਪੱਧਰ ਦੀ ਟੀਚਿੰਗ ਹੈ ਜਿਵੇਂ ਸਕੂਲ ਹਾਈ ਸਕੂਲ ਮਿਡਲ ਸਕੂਲ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ ਉੱਥੇ ਇਹ ਚੀਜ਼ਾਂ ਵਿਕਸਿਤ ਹੁੰਦੀਆਂ ਨੇ ਡਿਵੈਲਪ ਕਰਨੀਆਂ ਹੁੰਦੀਆਂ ਨੇ ਕਨਸੈਂਟਰੇਸ਼ਨ ਦੀ ਪਾਵਰ ਇੱਕ ਜਗ੍ਹਾ ਤੇ ਆਪਣੀ ਇਕਾਗਰਤਾ ਨੂੰ ਲੰਬੇ ਸਮੇਂ ਲਈ ਮੇਨਟੇਨ ਕਰਨ ਦੀ ਪਾਵਰ ਸਕਿੱਲ ਆਉਣਾ ਇਹ ਸਾਰੀਆਂ ਕਲਾਸਰੂਮ ਦੇ ਵਿੱਚ ਹੀ ਪੋਸੀਬਲ ਨੇ ਕਿਉਂਕਿ ਉੱਥੇ ਸੁਪਰਵਾਈਜ਼ਨ ਹੁੰਦੀਆਂ ਇਨਸਟ੍ਰਕਟਰ ਜਾਂ ਟੀਚਰ ਮੌਜੂਦ ਹੁੰਦਾ ਉਸ ਤੋਂ ਮੋਟੀਵੇਸ਼ਨ ਹੁੰਦੀ ਆ ਡਰ ਹੁੰਦਾ ਫਿਜ਼ੀਕਲ ਪ੍ਰੈਸ਼ਰ ਦਾ ਪ੍ਰੈਜੈਂਸ ਦਾ ਇੰਪੈਕਟ ਹੁੰਦਾ ਔਰ ਦੂਸਰਾ ਇੱਕ ਦੂਜੇ ਨੂੰ ਦੇਖ ਕੇ ਜਿਹੜੇ ਆਪਣੇ ਫੈਲੋ ਸਟੂਡੈਂਟਸ ਨੂੰ ਪੀਅਰਸ ਨੂੰ ਦੇਖ ਕੇ ਬੱਚਿਆਂ ਦੇ ਵਿੱਚ ਜਦੋਂ ਦੂਸਰਾ ਕਰ ਰਿਹਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਇਹ ਸਾਰੀਆਂ ਚੀਜ਼ਾਂ ਵਿਅਕਤੀਤਵ ਨੂੰ ਨਿਖਾਰਨ ਦੇ ਵਿੱਚ ਰੋਲ ਪਲੇ ਕਰਦੀਆਂ ਨੇ ਪਰ ਆਨਲਾਈਨ ਕਲਾਸਾਂ ਦੇ ਵਿੱਚ ਸਭ ਕੁਝ ਮਿਸ ਹੋਣ ਕਰਕੇ ਲੋਕ ਸਕਰੀਨ ਆਪਣੇ ਆਪ ਦੇ ਵਿੱਚ ਹੀ ਲੰਬੇ ਸਮੇਂ ਇੱਕ ਇਲੈਕਟ੍ਰੋਨਿਕ ਸਕਰੀਨ ਨੂੰ ਦੇਖਣਾ ਤਾਂ ਆਟੋਮੈਟਿਕਲੀ ਸਾਨੂੰ ਫਿਜ਼ੀਕਲ ਲੈਵਲ ਤੇ ਹੀ ਇਹਨਾਂ ਡਿਸਟ्रेस ਕ੍ਰੀਏਟ ਹੋਊਗਾ ਥਕਾਵਟ ਮਹਿਸੂਸ ਹੋਊਗੀ ਫਟੀਗ ਮਹਿਸੂਸ ਹੋਊਗੀ ਅਸੀਂ ਕਨਸੈਂਟਰੇਟ ਕਰ ਹੀ ਨਹੀਂ ਸਕਾਂਗੇ ਕਿਉਂਕਿ ਇਹ ਸਕਰੀਨ ਰੀਡੇਬਲ ਸਕਰੀਨ ਨਹੀਂ ਹੁੰਦੀਆਂ ਬੱਚੇ ਜ਼ਿਆਦਾਤਰ ਜਿਹੜੇ ਪੜ੍ਹਦੇ ਨੇ ਉਹ ਮੋਬਾਈਲਾਂ ਤੋਂ ਦੇਖ ਰਹੇ ਨੇ ਆਪਣੇ ਮਦਰਸ ਦੇ ਆਪਣੇ ਫਾਦਰਸ ਦੇ ਆਪਣੇ ਐਲਡਰ ਸਿਸਟਰ ਬ੍ਰਦਰਸ ਦੇ ਮੋਬਾਈਲ ਤੇ ਉਹ ਕਲਾਸਾਂ ਅਟੈਂਡ ਕਰਦੇ ਨੇ ਮੋਬਾਈਲ ਤਾਂ ਬਣਿਆ ਹੀ ਨਹੀਂ ਪੜਨ ਵਾਸਤੇ ਮੋਬਾਈਲ ਤੇ ਕੰਮ ਹੋਰ ਨੇ ਮੋਬਾਈਲ ਦੀ ਸਕਰੀਨ ਭਾਵੇਂ ਕੰਪਨੀਆਂ ਜੋ ਮਰਜ਼ੀ ਕਹਿੰਦੇ ਨੇ ਕਿ ਇਹਦੇ ਵਿੱਚ ਇਹ ਗਲਾਸ ਹੈ ਫਲਾਣਾ 3D ਐ ਫੋਰਡ ਐ ਫਵਾਟ ਐਵਰ ਪਰ ਰੀਡਿੰਗ ਜੋ ਇੱਕ ਆਮ ਅੱਖ ਵਾਸਤੇ ਪੜਨ ਦੇ ਲਈ ਯੋਗ ਚੀਜ਼ ਆ ਉਹ ਯੋਗ ਚੀਜ਼ ਇੱਕ ਕਾਪੀ ਜਾਂ ਕਿਤਾਬ ਵੀ ਹੋ ਸਕਦੀ ਆ ਸਕਰੀਨ ਤੇ ਕੁਝ ਲਿਮਟਿਡ ਸਮੇਂ ਲਈ ਹੀ ਪੜਿਆ ਜਾ ਸਕਦਾ ਦੇਖਿਆ ਜਾ ਸਕਦਾ ਇਸ ਚੀਜ਼ ਦੀ ਥਕਾਵਟ ਇੱਕ ਨੇਚਰਲ ਥਕਾਵਟ ਜੋ ਆਉਣੀ ਸੀ ਉਸ ਦੀ ਵਜ੍ਹਾ ਕਰਕੇ ਬੱਚੇ ਆਲਰੇਡੀ ਥੱਕ ਚੁੱਕੇ ਨੇ ਇਹਨਾਂ ਮਹੀਨਿਆਂ ਤੋਂ ਹੁਣ ਉਹਨਾਂ ਨੂੰ ਪਤਾ ਕਿ ਇਹ ਅਟੈਂਡ ਵੀ ਕਰਨਾ ਜ਼ਰੂਰੀ ਆ ਇਸ ਕਰਕੇ ਆਪਣੀ ਇਸ ਚੀਜ਼ ਨੂੰ ਕਰਨ ਵਾਸਤੇ ਉਹ ਸਿਰਫ ਕਲਾਸ ਨੂੰ ਔਨ ਕਰਦੇ ਨੇ ਕੈਮਰਾ ਆਫ ਕਰਦੇ ਨੇ আর ਆਪਣੀਆਂ ਐਕਟੀਵਿਟੀਆਂ ਕਰਦੇ ਰਹਿੰਦੇ ਨੇ ਮਨੋਰੰਜਨ ਵਾਲੀਆਂ ਚੀਜ਼ਾਂ ਕਰਦੇ ਰਹਿੰਦੇ ਨੇ ਜਿਵੇਂ ਨਾਲ ਨਾਲ ਗੇਮ ਖੇਡਦੇ ਰhenge ਜਾਂ YouTube ਤੇ ਵੀਡੀਓਜ਼ ਦੇਖਣਗੇ ਤਾਂ ਕਿ ਦੇਖਣ ਵਾਲੇ ਨੂੰ ਇਹ ਲੱਗਦਾ ਰਹੂਗਾ ਕਿ ਸ਼ਾਇਦ ਬੱਚਾ ਕਲਾਸ ਅਟੈਂਡ ਕਰ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਪੇਰੈਂਟਸ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਇਹ ਕਦੇ ਨਾ ਭੁੱਲੋ ਕਿ ਆਖਰਕਾਰ ਤੁਸੀਂ ਪੇਰੈਂਟਸ ਹੋ ਤੁਹਾਡਾ ਹੱਕ ਹੈ ਤੁਹਾਡਾ ਰਾਈਟ ਹੈ ਤੁਹਾਡਾ ਡਰੋਬ ਹੈ ਬੱਚੇ ਲਈ ਸਟੈਂਡਰਡ ਗਾਈਡਲਾਈਨਸ ਤੈਅ ਕਰਨਾ ਜੇ ਤੁਸੀਂ ਨਹੀਂ ਕਰੋਗੇ ਤਾਂ ਹੋਰ ਕੌਣ ਕਰੂਗਾ ਕਿਉਂਕਿ ਤੁਹਾਨੂੰ ਪੇਰੈਂਟਸ ਬੀਇੰਗ ਅ ਪੇਰੈਂਟਸ ਤੁਹਾਨੂੰ ਪੂਰਾ ਅਧਿਕਾਰ ਹੈ ਕਿ ਤੁਸੀਂ ਉਸ ਲਈ ਸਹੀ ਗਲਤ ਦੇ ਫੈਸਲੇ ਕਰੋ ਤੇ ਇਸ ਕਰਕੇ ਕੁਝ ਬਾਕੀ ਚੀਜ਼ਾਂ ਲਈ ਜਿਵੇਂ ਤੁਸੀਂ ਗਾਈਡਲਾਈਨਸ ਤੈਅ ਕਰਦੇ ਹੋ ਉਸੇ ਤਰੀਕੇ ਨਾਲ ਸਕਰੀਨ ਟਾਈਮ ਨੂੰ ਘੱਟ ਕਰਨ ਲਈ ਇਸ ਦਾ ਪ੍ਰੋਪਰ ਯੂਜ਼ ਕਰਨ ਲਈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਇੱਕ ਸਾਰੇ ਕੋਲ ਚਾਰਾ ਹੀ ਇਹ ਬੱਚਿਆਂ ਕੀ ਆਨਲਾਈਨ ਕਲਾਸਾਂ ਲੈਣੀਆਂ ਤਾਂ ਜਿੰਨੇ ਸਮੇਂ ਲਈ ਇਹ ਚੱਲ ਰਿਹਾ ਸਿਸਟਮ ਉਹ ਨਹੀਂ ਚੇਰ ਲਈ ਇਸ ਨੂੰ ਨਜਿੱਠਣਾ ਸਾਨੂੰ ਹੀ ਪੈਣਾ ਕਿਉਂਕਿ ਹੋਰ ਕੋਈ ਚਾਰਾ ਹੀ ਨਹੀਂ ਹਾਂ ਇਹ ਹੋਊਗਾ ਕਿ ਆਉਣ ਵਾਲੇ ਸਮੇਂ 'ਚ ਕਿਸੇ ਤਰੀਕੇ ਨਾਲ ਕੁਝ ਮਹੀਨਿਆਂ ਬਾਅਦ ਇਹ ਹਾਈਬ੍ਰਿਡ ਟੀਚਿੰਗ ਸ਼ੁਰੂ ਹੋ ਜੇ ਕਿ ਅੱਧਿਕ ਜਮਾਤਾਂ ਅਧੀਆਂ ਕਲਾਸਾਂ ਅੱਧਾ ਸਿਲੇਬਸ ਅਸੀਂ ਆਨਲਾਈਨ ਕਰੀਏਰ ਕੁਝ ਹਿੱਸਾ ਸਕੂਲਾਂ ਚ ਜਾ ਕੇ ਆਲਟਰਨੇਟ ਡੇ ਜਾ ਕੇ ਕਦੇ-ਕਦੇ ਜਾ ਕੇ ਉਹ ਚੀਜ਼ਾਂ ਵੀ ਪੂਰਾ ਕਰੀਏ ਤੇ ਪਰ ਹਜੇ ਜੋ ਚੱਲ ਰਿਹਾ ਉਸ ਹਾਵ ਨਾਲ ਪੇਰੈਂਟਸ ਨੂੰ ਚਾਹੀਦਾ ਕਿ ਇੱਕ ਤਾਂ ਵੱਡੀਆਂ ਸਕਰੀਨਾਂ ਦਾ ਇਸਤੇਮਾਲ ਕਰਨ ਮੋਬਾਈਲ ਸਕਰੀਨ ਜਾਂ ਟੈਬ ਦੀ بجائے ਕਿਤੇ ਲੈਪਟਾਪ ਜਾਂ ਡੈਸਕਟਾਪ ਪੀਸੀ ਜਿਹੜੇ ਹੁੰਦੇ ਨੇ ਉਹਨਾਂ ਤੇ ਜੇ ਬੱਚੇ ਦੇ ਸਾਹਮਣੇ ਬਿਠਾਇਆ ਜਾਵੇ ਇੱਕ ਤਾਂ ਉਹ ਸਾਹਮਣੇ ਟੇਬਲ ਤੇ ਹੁਣ ਕਰਕੇ ਬੱਚਾ ਅਟੈਂਟਿਵਲੀ ਬੈਠੂਗਾ ਬੱਚੇ ਦੇ ਮਨ ਦੇ ਵਿੱਚ ਇਹ ਹੋਊਗਾ ਕਿ ਉਹ ਦਾ ਕਲਾਸ ਦਾ ਟਾਈਮ ਆ ਤੇ ਉਹ ਕੁਝ ਪ੍ਰੋਫੈਸ਼ਨਲ ਔਰ ਅਕੈਡੈਮਿਕ ਐਕਟੀਵਿਟੀ ਕਰ ਰਿਹਾ ਮੋਬਾਈਲ ਤੇ ਹੁਣ ਕਰਕੇ ਉਹ ਕਦੇ ਲੇਟਿਆ ਹੁੰਦਾ ਕਦੇ ਖਾ ਰਿਹਾ ਹੁੰਦਾ ਕਦੇ ਉੱਠ ਕੇ ਕਿਚਨ ਚ ਤੇ ਮੈਂ ਖੁਦ ਬਹੁਤ ਸਾਰੀਆਂ ਕਲਾਸਾਂ ਮੈਨੂੰ ਇਨਵਾਈਟ ਕਰਦੇ ਨੇ ਯੂਨੀਵਰਸਿਟੀ ਕਾਲਜ ਵਿੱਚ ਲੈਕਚਰ ਦੇ ਰਹੇ ਹੁੰਨਾਂ ਮੋਸਟਲੀ ਕੈਮਰੇ ਔਨ ਨਹੀਂ ਹੁੰਦੇ ਪਰ ਕਈ ਵਾਰ ਭੁੱਲ ਭੁਲੇਖੇ ਕੈਮਰੇ ਔਨ ਹੋ ਜਾਂਦੇ ਨੇ ਤੇ ਅਸੀਂ ਦੇਖਦੇ ਹਾਂ ਕਿ ਉਹ ਬੱਚਾ ਕੋਈ ਕਿੱਧਰ ਘੁੰਮ ਰਿਹਾ ਕੋਈ ਕਾਰ ਦੇ ਵਿੱਚ ਜਾ ਰਿਹਾ ਕੋਈ ਬਾਈਕ ਤੇ ਬੈਠਾ ਮੂੰਹ ਹਲਾ ਰਿਹਾ ਇਨਫੈਕਟ ਕੋਈ ਬਾਥਰੂਮ 'ਚ ਜਾ ਰਿਹਾ ਕੋਈ ਕੁਝ ਖਾ ਰਿਹਾ ਤਾਂ ਇਸ ਕਰਕੇ ਜੇ ਟੇਬਲ ਚੇਅਰ ਹੋਊਗੀ ਡੈਸਕਟਾਪ ਪੀਸੀ ਹੋਊਗਾ ਇੱਕ ਕੁਰਸੀ ਤੇ ਬੈਠ ਕੇ ਬੱਚਾ ਅਟੈਂਡ ਕਰੂਗਾ ਉਸ ਦਾ ਇੰਪੈਕਟ ਜ਼ਿਆਦਾ ਹੋਊਗਾ ਤੇ ਬੱਚਾ ਵੀ ਇਸ ਚੀਜ਼ ਨੂੰ ਸੀਰੀਅਸ ਲਵੇਗਾ ਕਿ ਇਹ ਕੋਈ ਅਕੈਡੈਮਿਕ ਐਕਟੀਵਿਟੀ ਆ ਦੂਸਰਾ ਪਹਿਲਾਂ ਹੁੰਦਾ ਸੀ ਕਿ ਬੱਚਿਆਂ ਨੂੰ ਜਦੋਂ ਸਕੂਲ ਭੇਜਿਆ ਜਾਂਦਾ ਹੁੰਦਾ ਸੀ ਤਾਂ ਮਦਰਜ਼ ਖਾਸ ਤੌਰ ਤੇ ਬੱਚੇ ਦਾ ਬੈਗ ਚੈੱਕ ਕਰਦੀਆਂ ਸੀ ਦੇਖਦੀਆਂ ਸੀ ਟਿਫਨ ਪੈ ਗਿਆ ਜੋ ਬਾਕਸ ਹੈਗਾ ਜੀਓਮੈਟਰੀ ਦਾ ਉਹਦੇ ਚ ਪੈਨਸਲ ਪੈਨ ਸ਼ਾਰਪਨਰ ਜਾਂ ਜੀਓਮੈਟਰੀ ਦੇ ਬਾਕੀ ਸਟੇਸ਼ਨਰੀ ਹੈਗੀ ਆ ਜੇ ਪੈਨਸਲਸ ਵਗੈਰਾ ਨਹੀਂ ਸ਼ਾਰਪ ਉਹਨਾਂ ਨੂੰ ਸ਼ਾਰਪ ਕਰਦੀਆਂ ਸੀ ਬੁੱਕਸ ਚੈੱਕ ਕਰਦੀਆਂ ਸੀ ਕਿ ਨੇ ਨਾਲ ਕੋਈ ਰਮਾਲ ਜਾਂ ਕੋਈ ਨੈਪਕਿਨ ਰੱਖਿਆ ਹੋਇਆ ਬੱਚੇ ਲਈ ਹਰ ਚੀਜ਼ ਦਾ ਇੱਕ ਸਿਸਟਮ ਪ੍ਰਪੇਅਰ ਕਰਕੇ ਉਹਨੂੰ ਕਹਿੰਦੇ ਸੀ ਕਿ ਤੇਰਾ ਬੈਕਪੈਕ ਆ 유ਨੀਫਾਰਮ ਓਕੇ ਹੋ ਗਈ ਤੇਰੀ ਟਾਈ ਨਹੀਂ ਲੱਗੀ ਤੇ ਰੇ ਹੋ ਗਿਆ ਤੇਰੇ ਹਜੇ ਸ਼ੂਜ਼ ਦੇ ਫਿੱਤੇ ਖੁੱਲੇ ਨੇ ਤੂੰ ਆ ਨਹੀਂ ਚੱਕਿਆ ਤੂੰ ਆ ਨਹੀਂ ਪਾਇਆ ਮਤਲਬ ਇੱਕ 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 ਪੂਰਾ ਦੀ ਤਿਆਰੀ ਕਰਵਾ ਕੇ ਉਸ ਨੂੰ ਸਕੂਲ ਭੇਜਿਆ ਜਾਂਦਾ ਸੀ ਔਰ ਮੈਂ ਤੁਹਾਨੂੰ ਕਹੂੰਗਾ ਪੇਰੈਂਟਸ ਨੂੰ ਦੇਖਣ ਵਾਲਿਆਂ ਨੂੰ ਕਿ ਤੁਸੀਂ ਹੁਣ ਵੀ ਇਸ ਨੂੰ ਜੇ ਕਿਤੇ ਸਕੂਲ ਵਾਂਗੂੰ ਹੀ ਲਓ ਕਿ ਬੱਚੇ ਦੀ ਆਨਲਾਈਨ ਕਲਾਸ ਆ ਬੱਚੇ ਦੀ ਮਦਦ ਕਰੋ ਉਸ ਦੀ ਤਿਆਰੀ ਕਰਨ ਦੇ ਵਿੱਚ ਉਹਨੂੰ ਕਹੋ ਤੇਰਾ ਲੈਪਟਾਪ ਸੈੱਟ ਹੋ ਗਿਆ ਚੇਅਰ ਸੈੱਟ ਕਰ ਆਪਣੀ ਪਾਣੀ ਦੀ ਬੋਤਲ ਰੱਖ ਇੱਕ ਟੌਵਲ ਨੈਪਕਿਨ ਰੱਖ ਕੋਲ ਔਰ ਉਸ ਦੀ ਤਿਆਰੀ ਕਰ ਤਾਂ ਕਿ ਬੱਚੇ ਨੂੰ ਲੱਗੇ ਕਿ ਹੁਣ ਇੱਕ ਅਕੈਡੈਮਿਕ ਐਕਟੀਵਿਟੀ ਆ ਰਹੀ ਹੈ ਔਰ ਉਹ ਮੈਨੂੰ ਬਾਕੀ ਚੀਜ਼ਾਂ ਤੋਂ ਛੱਡ ਕੇ ਇਸ ਨੂੰ ਪੂਰੀ ਫੁੱਲ ਅਟੈਂਸ਼ਨ ਨਾਲ ਬੈਠਣਾ ਪੈਣਾ ਔਰ ਦੂਸਰਾ ਬੱਚਿਆਂ ਨੂੰ ਮਾਨਸਿਕ ਤੌਰ ਤੇ ਸਹੀ ਰੱਖਣ ਲਈ ਸਕੂਲ ਦਾ ਕਨਸੈਪਟ ਆ ਜਿਹੜਾ ਉਸ ਨੂੰ ਐਕਟਿਵ ਰੱਖਣਾ ਚਾਹੀਦਾ ਕਿਤੇ ਇਹ ਹੀ ਨਾ ਹੋਵੇ ਕਿ ਸਾਲ ਦੋ ਸਾਲ ਚ ਬੱਚਾ ਇੰਨਾ ਹੋ ਜੇ ਉਹਨੂੰ ਭੁੱਲੀ ਜਾਵੇ ਵੀ ਸਕੂਲ ਵੀ ਹੁੰਦਾ ਕੋਈ ਇਸ ਕਰਕੇ ਸਕੂਲ ਦੇ ਬਾਰੇ ਗੱਲਾਂ ਕਰੋ ਸਕੂਲ ਦਿਖਾਓ ਉਹਨਾਂ ਨੂੰ ਔਰ ਹੋ ਸਕੇ ਤੇ ਉਹਨਾਂ ਦੇ ਜਿਹੜੇ ਕਲਾਸਮੇਟ ਨੇ ਉਹਨਾਂ ਨੂੰ ਫਿਜ਼ੀਕਲ ਮਿਲਣ ਵਾਰੇ ਮੌਕੇ ਲੱਭੋ ਕਦੇ ਉਹਨਾਂ ਨੂੰ ਬਲਾਓ ਕਦੇ ਬੱਚਿਆਂ ਨੂੰ ਗੈੱਟ ਟੂਗੇਦਰ ਕਰਾਓ ਸਾਰੇ ਆਪਣੀ ਜਿੰਨੇ ਵੀ ਕਲਾਸ ਦੇ ਬੱਚੇ ਨੇ ਉਹ ਇੱਕ ਦੂਜੇ ਨੂੰ ਮਿਲਣ ਉਹਨਾਂ ਨੂੰ ਪਤਾ ਲੱਗੇ ਕਿ ਇਹ ਕਲਾਸਮੇਟ ਨੇ ਕਲਾਸਮੇਟ ਕੌਣ ਹੁੰਦੇ ਨੇ ਸਾਡੇ ਨਾਲ ਪੜ੍ਹਦੇ ਨੇ ਜਿਹੜਾ ਸਾਡਾ ਸਕੂਲ ਆ ਟੀਚਰਜ਼ ਨੂੰ ਵੀ ਚਾਹੀਦਾ ਕਿ ਜੇ ਨਹੀਂ ਪੋਸੀਬਲ ਜੋ ਵੀ ਐਡਮਿਨਿਸਟ੍ਰੇਸ਼ਨ ਦੀਆਂ ਗਾਈਡਲਾਈਨਸ ਨੂੰ ਧਿਆਨ ਚ ਰੱਖ ਕੇ ਜੇ ਕਿੰ ਜਿੰਨਾ ਪੋਸੀਬਲ ਹੋਣਾ ਇੱਕ ਅੱਧੀ ਵਾਰ ਬੱਚਿਆਂ ਨੂੰ ਹਫਤੇ ਵਿੱਚ ਜਾਂ ਮਹੀਨੇ ਚ ਇੱਕ ਦੋ ਵਾਰ ਬਲਾ ਕੇ ਕੋਈ ਐਕਸਟਰਾ ਕਰਿਕੂਲਮ ਹੀ ਐਕਟੀਵਿਟੀਆਂ ਕੀਤੀ ਜਾਣ ਤਾਂ ਕਿ ਕਲਾਸਰੂਮ ਦਾ ਸਕੂਲ ਦਾ ਕਨਸੈਪਟ ਉਹਨਾਂ ਦੇ ਦਿਮਾਗ ਚ ਮੇਨਟੇਨ ਰਹੇ ਔਰ ਇਸ ਚੀਜ਼ ਤੋਂ ਸੋਸ਼ਲਾਈਜੇਸ਼ਨ ਰਿਲੇਸ਼ਨਸ਼ਿਪ ਡਿਵੈਲਪਮੈਂਟ ਔਰ ਇੱਕ ਦੂਜੇ ਨਾਲ ਸਹਿਯੋਗ ਕਰਨਾ ਸਿੱਖਦੇ ਰਹਿਣ ਔਰ ਤੀਸਰਾ ਇਹ ਹੈ ਕਿ ਜਿਹੜੀ ਕਲਾਸਾਂ ਨੇ ਕਲਾਸਾਂ ਤੋਂ ਬਾਅਦ ਇੱਕ ਸਫੀਸ਼ੀਐਂਟ ਇੰਟਰਵਲ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਸਵੇਰੇ 7 ਵਜੇ 8 ਵਜੇ ਕਲਾਸਾਂ ਸ਼ੁਰੂ ਹੋਈਆਂ ਇੱਕ ਖਤਮ ਦੂਜੀ ਔਰ ਦੂਜੀ ਖਤਮ ਤੀਜੀ ਇੱਕ ਸਫੀਸ਼ੀਐਂਟ ਪੀਰੀਅਡ ਹੋਣਾ ਚਾਹੀਦਾ ਸਕੂਲ ਅਥਾਰਟੀ ਜੋ ਵੀ ਟਾਈਮ ਟੇਬਲ ਡਿਸਾਈਡ ਕਰਦੀਆਂ ਨੇ ਉਹ ਆਨਲਾਈਨ ਕਲਾਸਾਂ ਇੱਕ ਖਤਮ ਹੋਣ ਤੋਂ ਬਾਅਦ ਉਹਦੇ ਲਈ ਕੁਝ ਕੰਸਿਡਰੇਬਲ ਪੀਰੀਅਡ ਵਿੱਚ ਬ੍ਰੇਕ ਤਾਂ ਦੇਣ ਤਾਂ ਕਿ ਬੱਚੇ ਉੱਠ ਕੇ ਦੋ ਦਰ ਟਹਿਲ ਸਕਣ ਕੁਝ ਖਾ ਸਕਣ ਕੁਝ ਪੀ ਸਕਣ ਆਪਣੀਆਂ ਅੱਖਾਂ ਤੋ ਸਕਣ ਮੂੰਹ ਤੋ ਸਕਣ ਫਰੈਸ਼ ਫੀਲ ਕਰਨ ਨਾ ਕਿ ਉਹੀ ਸਵੇਚਾਨ ਕੈਮਰਾ ਕਰਕੇ ਆਪਣਾ ਲੇਟੇ ਹੋਏ ਨੇ ਆ ਕੁਝ ਕਰ ਰਹੇ ਨੇ ਔਰ ਤੀਸਰਾ ਆਪਣੀ ਫਿਜ਼ੀਕਲ ਹਾਈਜੀਨ ਲਈ ਬੜਾ ਜ਼ਰੂਰੀ ਆ ਕਿ ਆਪਣੀਆਂ ਅੱਖਾਂ ਦਾ ਖਾਸ ਤੌਰ ਤੇ ਧਿਆਨ ਰੱਖੋ ਜਿਵੇਂ ਮੈਂ ਤੁਹਾਨੂੰ ਕਿਹਾ ਸਕਰੀਨਸ ਤੇ ਬੜੇ ਪਾਰਟਿਕੂਲਰ ਹੋ ਜਾਓ ਛੋਟੀਆਂ ਸਕਰੀਨਾਂ ਤੇ ਕਲਾਸਾਂ ਨਾ ਲਗਾਓ ਬੱਚਿਆਂ ਨੂੰ ਵੱਡੀ ਸਕਰੀਨ ਨੂੰ ਯੂਜ਼ ਕਰੋ ਔਰ ਅੱਖਾਂ ਨੂੰ ਵਾਸ਼ ਕਰਦੇ ਰਹੋ ਠੰਡੇ ਪਾਣੀ ਦੇ ਛਿੱਟੇ ਮਾਰਦੇ ਰਹੋ ਜੇ ਤੁਹਾਡੀ ਬਾਡੀ ਦੇ ਵਿੱਚ ਫਟੀਗ ਹੈ ਸਿਰਦਰਦ ਹੈ ਹੈਡੇਕ ਹੈ ਉਸ ਨੂੰ ਕਨਸੀਡਰ ਕਰੋ ਉਸ ਦਾ ਧਿਆਨ ਰੱਖੋ ਔਰ ਫਿਜ਼ੀਕਲ ਐਕਟੀਵਿਟੀ ਹੈ ਜਿਹੜੀ ਉਸ ਨੂੰ ਕਿਸੇ ਵੀ ਕੀਮਤ ਤੇ ਬੰਦ ਨਾ ਕਰੋ ਜੇ ਸਕੂਲ ਬੱਚੇ ਨਹੀਂ ਜਾ ਰਹੇ ਤਾਂ ਘਰਾਂ ਦੇ ਵਿੱਚ ਜਾਂ ਤੁਹਾਡੇ ਆਸ-ਪਾਸ ਦੇ ਪਾਰਕਾਂ ਦੇ ਵਿੱਚ ਬੱਚਿਆਂ ਨੂੰ ਮੌਕਾ ਦਿਓ ਖੇਲਣ ਕੋ ਦਿੰਦਾ ਔਰ ਫਿਜ਼ੀਕਲੀ ਉਹ ਐਕਟਿਵ ਰਹਿਣ ਔਰ ਇਹਨਾਂ ਲਈ ਆਲਟਰਨੇਟ ਜਨਰੇਟ ਕਰੋ ਦੇਖੋ ਕਿ ਕਲਾਸ ਖਤਮ ਹੋਣ ਤੋਂ ਬਾਅਦ ਬਜਾਇ ਇਸ ਦੇ ਕਿ ਉਹ ਕਲਾਸ ਖਤਮ ਹੋ ਗਈ ਉਸ ਤੋਂ ਬਾਅਦ ਉਹ ਆਪਣੇ ਮਨੋਰੰਜਨ ਲਈ ਫਿਰ ਮੋਬਾਈਲ ਚੱਕ ਕੇ YouTube ਤੇ ਵੀਡੀਓਜ਼ ਜਾਂ ਫਿਰ Snapchat ਜਾਂ ਫਿਰ ਵੀਡੀਓ ਗੇਮ ਖੇល ਰਹੇ ਨੇ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੂੰ ਮਨੋਰੰਜਨ ਵਾਲੇ ਆਲਟਰਨੇਟਿਵ ਦੋ ਬੱਚਿਆਂ ਨਾਲ ਸਮਾਂ ਸਪੈਂਡ ਕਰੋ ਬਤ ਬਤ ਗੱਲਾਂ ਮਾਰੋ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਣ ਜਿਲਣ ਦਾ ਰਿਸ਼ਤੇ ਨਿਭਾਉਣ ਦਾ ਇਸ ਚੀਜ਼ ਦੀ ਜਾਚ ਆਵੇ ਔਰ ਤੁਸੀਂ ਉਹਨਾਂ ਨੂੰ ਲੈ ਕੇ ਲੋਕਾਂ ਨਾਲ ਮਿਲਵਾਓ ਉਹਨਾਂ ਦੇ ਦੋਸਤਾਂ ਨਾਲ ਮਿਲਵਾਓ ਇਸ ਤਰੀਕੇ ਦੇ ਸ਼ਡਿਊਲ ਰੱਖੋ ਜਿੰਨਾ ਪੋਸੀਬਲ ਆ ਗਾਈਡਲਾਈਨਸ ਕਰੋਨਾ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਮਿਲ ਜੁਲ ਜਿੰਨਾ ਪੋਸੀਬਲ ਆ ਪ੍ਰਕਾਸ਼ਨਜ਼ ਲੈ ਕੇ ਇੱਕ ਦੂਜੇ ਨੂੰ ਮਿਲਦੇ ਰਹੋ ਤਾਂ ਕਿ ਮਿਲ ਵਰਤਨ ਕਾਇਮ ਰਹੇ ਕਿਉਂਕਿ ਇਸ ਟਾਈਮ ਤੇ ਬੱਚਿਆਂ ਦੀ ਜਿਹੜੀ ਸੋਸ਼ਲ ਡਿਵੈਲਪਮੈਂਟ ਆ ਉਹ ਉਨੀ ਹੀ ਇੰਪੋਰਟੈਂਟ ਆ ਜਿੰਨੀ ਕਿ ਕੌਗਨੀਟਿਵ ਜਾਂ ਇੰਟੈਲੈਕਚੁਅਲ ਡਿਵੈਲਪਮੈਂਟ ਆ ਉਨੀ ਸੋਸ਼ਲ ਡਿਵੈਲਪਮੈਂਟ ਵੀ ਜ਼ਰੂਰੀ ਆ ਹੋਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਅਸੀਂ ਗੱਲ ਕੀਤੀ ਕਿ ਜਦੋਂ ਬੱਚੇ ਆਪਸ ਵਿੱਚ ਮਿਲਦੇ ਨਹੀਂ ਹੈ ਕਾਫੀ ਦੇਰ ਤਾਂ ਉਹਨਾਂ ਦੀ ਡਿਵੈਲਪਮੈਂਟ ਤੇ ਵੀ ਕਾਫੀ ਇਫੈਕਟ ਪੈਂਦਾ ਤੇ ਹੋਰ ਕਿਹੜੀ ਸਮੱਸਿਆ ਵਾ ਬੱਚੇ ਫੇਸ ਕਰਦੇ ਕਿਉਂਕਿ ਹੁਣ ਉਹ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਮਿਲ ਨਹੀਂ ਰਿਹਾ ਜਿਹਦਾ ਸੋਸ਼ਲ ਐਕਟੀਵਿਟੀਆਂ ਦੀ ਗੱਲ ਕੀਤੀ ਜੋ ਅਸੀਂ ਫਿਜ਼ੀਕਲ ਟੀਚਿੰਗ ਵਿੱਚ ਸਮਝਾ ਸਕਦੇ ਹਾਂ ਆਨਲਾਈਨ ਟੀਚਿੰਗ ਵਿੱਚ ਨਹੀਂ ਸਮਝਾ ਸਕਦੇ ਗਰੁੱਪ ਟੀਚਿੰਗਸ ਹੁੰਦੀ ਹੈ ਬੱਚਿਆਂ ਨੂੰ ਟਾਸਕ ਦਿੱਤੇ ਜਾਂਦੇ ਆ ਸਕੂਲਸ ਦੇ ਵਿੱਚ ਕਰਨ ਲਈ ਜਿੱਦਾਂ ਅਸੀਂ ਲਗਾ ਲਈਏ ਅਸੈਂਬਲੀ ਹੋਏ ਭਾਵੇਂ ਇਸ ਬੱਚਿਆਂ ਨੂੰ ਥਾਟ ਆਫ ਦਾ ਡੇ ਬੋਲਣ ਨਹੀਂ ਦਿੱਤਾ ਗਿਆ ਬੱਚਾ ਆਂਦਾ ਉਹਦਾ ਕਿਤੇ ਨਾ ਕਿਤੇ ਮੋਰਲ ਬੂਸਟ ਹੁੰਦਾ ਹੈ ਕਿ ਉਹ ਮਾਈਕ ਤੇ ਜਾ ਕੇ ਬੋਲ ਜਾਏ ਤੇ ਹੋਰ ਕਿਸ ਤਰ੍ਹਾਂ ਇੱਕ ਬੰਦੇ ਬੱਚੇ ਦੇ ਫਿਜ਼ੀਕਲ ਐਕਟੀਵਿਟੀ ਨੂੰ ਇਹ ਸਭ ਇਫੈਕਟ ਕਰ ਰਿਹਾ ਹੈ ਆਨਲਾਈਨ ਕਲਾਸਿਸ ਬਿਲਕੁਲ ਦੇਖੋ ਜਿਵੇਂ ਆਪਾਂ ਗੱਲ ਕਰੀਏ ਕਿ ਸਕੂਲ ਦਾ ਜਿਹੜਾ ਪੀਰੀਅਡ ਆ ਇਹ ਸਮਾਂ ਜਿਹੜਾ ਕੁਝ ਕਲਾਸਾਂ ਤੋਂ ਲੈ ਕੇ ਪਲੱਸ 2 ਜਾਂ 10ਵੀਂ ਤੱਕ ਇਹਦਾ ਮਕਸਦ ਸਿਰਫ ਇੰਟੈਲੈਕਚੁਅਲ ਡਿਵੈਲਪਮੈਂਟ ਜਾਂ ਦਿਮਾਗੀ ਵਿਕਾਸ ਕਰਨਾ ਨਹੀਂ ਹੈਗਾ ਸਮਾਜਿਕ ਵਿਕਾਸ ਸਰੀਰਿਕ ਵਿਕਾਸ ਤੇ ਓਵਰਆਲ ਸੋਸ਼ਲ ਵੈਲਵਿੰਗ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਤੁਸੀਂ ਜਿਵੇਂ ਦੱਸਿਆ ਕਿ ਬੱਚੇ ਮਿਲ ਨਹੀਂ ਰਹੇ ਆਈਸੋਲੇਟਡ ਹੋ ਰਹੇ ਨੇ ਇਕੱਲਾ ਰਹਿਣਾ ਪਸੰਦ ਕਰ ਰਹੇ ਨੇ ਕਿਸੇ ਨਾਲ ਮਿਲ ਜੁਲ ਕੇ ਕੰਮ ਨਹੀਂ ਕਰ ਸਕਦੇ ਪੂਰ ਟੀਮ ਮੈਂਬਰਸ ਬਣ ਰਹੇ ਨੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਲੇਟਰ ਲਾਈਫ ਦੇ ਵਿੱਚ ਇੱਕ ਫੇਲਰ ਹਿਊਮਨ ਬੀਿੰਗ ਸਾਬਤ ਕਰ ਸਕਦੀਆਂ ਨੇ ਕਿਉਂਕਿ ਇੱਕ ਸਕਸੈਸਫੁਲ ਹਿਊਮਨ ਬੀਿੰਗ ਜਿਹੜਾ ਕਿ ਆਪਣੀ ਸਕਸੈਸਫੁਲ ਫੈਮਿਲੀ ਲਾਈਫ ਸੋਸ਼ਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੀਡ ਕਰ ਸਕਦਾ ਉਸ ਲਈ ਇਹ ਸਾਰੀਆਂ ਚੀਜ਼ਾਂ ਬਰਾਬਰੀ ਦੀ ਜ਼ਰੂਰੀ ਨੇ ਇਸੇ ਕਰਕੇ ਜਿਵੇਂ ਆਨਲਾਈਨ ਕਲਾਸਾਂ ਚ ਸਰੀਰਕ ਵਿਕਾਸ ਤਾਂ ਬਿਲਕੁਲ ਹੀ ਰੁਕ ਗਿਆ ਕਿਉਂਕਿ ਸਕੂਲਾਂ ਚ ਜਾਂਦੇ ਸੀ ਉੱਥੇ ਇੱਕ ਅਲੋਕੇਟਡ ਪੀਟੀ ਪੀਰੀਅਡ ਸਪੋਰਟਸ ਪੀਰੀਅਡਸ ਹੁੰਦੇ ਸੀ ਜਿੱਥੇ ਬੱਚੇ ਨਹੀਂ ਵੀ ਗੇਮ ਖੇលਦੇ ਸੀ ਏਟਲੀਸਟ ਗਰਾਊਂਡ ਦੇ ਵਿੱਚ ਖੁੱਲੇ ਛੱਡ ਦਿੱਤੇ ਜਾਂਦੇ ਸੀ ਕੋਈ ਕੁਝ ਕਰ ਰਿਹਾ ਕੋਈ ਬਾਲੀਬਾਲ ਕੋਈ ਫੁੱਟਬਾਲ ਕੋਈ ਟੈਨਿਸ ਕੋਈ ਪੀਟੀ ਕੁਝ ਨਾ ਕੁਝ ਬੱਚਨ ਦੌੜਨ ਲਈ ਸਮਾਂ ਦਿੱਤਾ ਜਾਂਦਾ ਸੀ ਕਿਉਂਕਿ ਉਹਦਾ ਸਟਰਕਚਰ ਐਵੇਂ ਦਾ ਬਣਾਇਆ ਕਿ ਸਾਰੇ ਪੱਖ ਪੂਰੇ ਹੋ ਜਾਣ ਪਰ ਘਰੇ ਪੇਰੈਂਟਸ ਕੋਲ ਸਮਾਂ ਨਹੀਂ ਬੱਚੇ ਜਿੰਨੇ देर ਫ੍ਰੀ ਨੇ ਉੰਨੀ देर ਮੋਬਾਈਲ ਤੇ ਨੇ ਜਦੋਂ ਬੱਚੇ ਫ੍ਰੀ ਹੁੰਦੇ ਨੇ ਤਾਂ ਉਹ ਉਹਨਾਂ ਦਾ ਸਮਾਂ ਅਲਾਉ ਨਹੀਂ ਕਰਦਾ ਕਿ ਉਹ ਕੁਝ ਖੇਡ ਕੁਲ ਕਰ ਸਕਣ ਪੇਰੈਂਟਸ ਖੁਦ ਇਹ ਜੀਆਂ ਚੀਜ਼ਾਂ ਕਰ ਰਹੇ ਨੇ ਕਿ ਬੱਚਿਆਂ ਨੂੰ ਕਿਵੇਂ ਟ੍ਰੇਨਡ ਕਰ ਸਕਦੇ ਨੇ ਇਸ ਕਰਕੇ ਇਹ ਵੀ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਅਸੀਂ ਦੂਜਿਆਂ ਲਈ ਸਖਤ ਹੋ ਸਕਦੇ ਆ ਬੱਚਿਆਂ ਲਈ ਗਾਈਡਲਾਈਨਸ ਤਿਆਰ ਕਰ ਸਕਦੇ ਆ ਉਹਨਾਂ ਲਈ ਉਹਨਾਂ ਨੂੰ ਮੋਬਾਈਲ ਤੋਂ ਹਟਾਉਣ ਲਈ ਸਕਰੀਨ ਤੋਂ ਹਟਾਉਣ ਲਈ ਗਿਮਮ ਤੋਂ ਹਟਾਉਣ ਲਈ ਤਤਪਰਾ ਮਦਦ ਮੰਗ ਰਹੇ ਆ ਤਾਂ ਇਹੀ ਚੀਜ਼ਾਂ ਖੁਦ ਲਈ ਕਿਉਂ ਨਹੀਂ ਕਰ ਸਕਦੇ ਇਸ ਕਰਕੇ ਅ ਕਹਿੰਦੇ ਨੇ ਕਿ ਦੇਖ ਕੇ ਹੀ ਸਿੱਖਦੇ ਨੇ ਬੱਚੇ ਤੋਂ ਪੇਰੈਂਟਸ ਆਪਣੇ ਆਪ ਦੇ ਵਿੱਚ ਹੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਡੇ ਕੋਲ ਉਹਨਾਂ ਦੀ ਸਭ ਤੋਂ ਵੱਡੀ ਕੰਪਲੇਂਟਸ ਕਾਉਂਸਲਿੰਗ ਲਈ ਆਉਂਦੇ ਨੇ ਉਹ ਕਹਿੰਦੇ ਨੇ ਕਿ ਵਾਈਫਸ ਕੰਪਲੇਂਟ ਕਰਦੀਆਂ ਨੇ ਬੱਚੇ ਕੰਪਲੇਂਟਸ ਕਰਦੇ ਨੇ ਪੇਰੈਂਟਸ ਵੀ ਕਿ ਜਦੋਂ ਸਾਡੇ ਪੇਰੈਂਟਸ ਆਉਂਦੇ ਨੇ ਤਾਂ ਡੋਰਬੈਲ ਮਾਰਦੇ ਨੇ ਅਸੀਂ ਡੋਰ ਓਪਨ ਕਰਦੇ ਆ ਤਾਂ ਅਸੀਂ ਤਾਂ ਬੜੇ ਸੱਜ ਤੱਜ ਕੇ ਖੜੇ ਆ ਵੈਲਕਮ ਕਰਨ ਲਈ ਪਰ ਉਹ ਫੋਨ ਤੇ ਗੱਲ ਕਰਦੀ ਆਏ ਗੱਲ ਕਰਦੀ ਬੜੇ ਇੱਕ ਘੰਟਾ ਉਹਨਾਂ ਨੇ ਕੀ ਕੀ ਕੀਤਾ ਕਦੋਂ ਚੇਂਜ ਕਰ ਲਿਆ ਫੋਨ ਤੇ ਗੱਲ ਕਰਦੇ ਕਰਦੇ ਕੁਝ ਨਹੀਂ ਪਤਾ ਹਾਲਾਂਕਿ ਉਹਨਾਂ ਦੇ ਕੁਝ ਪਲਾਨ ਹੁੰਦੇ ਨੇ ਕਿ ਆਉਂਦੇ ਆ ਅਸੀਂ ਆ ਕਰਾਂਗੇ ਆ ਖਾਵਾਂਗੇ ਆ ਪੀਵਾਂਗੇ ਆ ਡਿਸਕਸ ਕਰਾਂਗੇ ਉਹ ਸਾਰਾ ਫੋਨ ਤੇ ਕਰਤਾ ਪੇਰੈਂਟਸ ਨੇ ਔਰ ਰਾਤ ਨੂੰ ਵੀ ਡਿਨਰ ਕਰਿਆ ਰਾਤ ਨੂੰ ਬੈਡ ਟਾਈਮ ਤੇ ਵੀ ਜਦੋਂ ਸੌਣ ਤੋਂ ਪਹਿਲਾਂ ਕਈ ਪਰਿਵਾਰ ਆਪਸ ਚ ਗੱਲਾਂ ਮਾਰਦੇ ਨੇ ਡਿਸਕਸ ਕਰਦੇ ਨੇ ਉਦੋਂ ਵੀ ਸਾਰੇ ਇੱਕ ਦੂਸਰੇ ਤੇ ਫੋਨ ਹੁੰਦੇ ਨੇ ਸੋ ਉਨਾ ਹੀ ਜ਼ਰੂਰੀ ਪੇਰੈਂਟਸ ਲਈ ਵੱਡਿਆਂ ਲਈ ਵੀ ਆ ਕਿ ਤੁਸੀਂ ਵੀ ਫੋਨ ਦਾ ਇਸਤੇਮਾਲ ਆ ਜਿਹੜਾ ਉਹ ਘੱਟ ਕਰੋਗੇ ਤਾਂ ਹੀ ਬੱਚਿਆਂ ਨੂੰ ਠੋਕ ਕੇ ਕਹਿ ਸਕਦੇ ਹਾਂ ਕਿ ਤੁਸੀਂ ਇਸ ਦਾ ਵਾਧੂ ਇਸਤੇਮਾਲ ਨਾ ਕਰੋ ਔਰ ਇੱਕ ਹੋਰ ਜ਼ਰੂਰੀ ਗੱਲ ਉਹ ਇਹ ਹੈ ਕਿ ਜਿਵੇਂ ਆਪਣਾ ਮੋਬਾਈਲ ਫੋਨ ਆ ਜਦੋਂ ਵੀ ਇਸ ਦੀ ਵਰਤੋਂ ਹੋ ਰਹੀ ਆ ਕਲਾਸ ਲੱਗ ਰਹੀ ਆ ਉਸ ਕਲਾਸ ਦੇ ਦੌਰਾਨ ਹੀ ਮੋਬਾਈਲ ਫੋਨ ਟੈਬ ਜਾਂ ਲੈਪਟਾਪ ਨਿਗਾਹ ਦੇ ਸਾਹਮਣੇ ਹੋਣਾ ਚਾਹੀਦਾ ਕਿਉਂਕਿ ਬਹੁਤ ਇੱਕ ਅੱਛੀ ਕਹਾਵਤ ਆ ਕਹਿੰਦੇ ਅੱਖਾਂ ਤੋਂ ਪਰੇ ਤੇ ਦਿਮਾਗ ਤੋਂ ਪਰੇ ਹਾਂ ਜਦੋਂ ਅੱਖਾਂ ਦੇ ਸਾਹਮਣੇ ਚੀਜ਼ ਨਹੀਂ ਹੋਊਗੀ ਤਾਂ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਨਾ ਆਵੇ ਪਰ ਉਹਨੋਂ ਫੋਨ ਕਲਾਸ ਖਤਮ ਕਰਕੇ ਹਟੇ ਨੇ ਉਹਦੇ ਹੱਥ 'ਚ ਆ ਉਹਦੇ ਹੱਥ 'ਚ ਆ ਸਾਹਮਣੇ ਪਿਆ ਤਾਂ ਉਹ ਦੇਖ ਦੇਖ ਕੇ ਹੀ ਉਹਨਾਂ ਦੇ ਅੰਦਰ ਟ੍ਰਿਗਰ ਆਉਂਦਾ ਵੀ ਚਲੋ ਕੋਈ ਕਲਾਸ ਤਾਂ ਨਹੀਂ ਚਲੋ ਕੁਝ ਵੈਸੇ ਹੀ ਦੇਖ ਲੈਣੇ ਤਾਂ ਇਸ ਕਰਕੇ ਕਲਾਸ ਖਤਮ ਹੋਣ ਤੋਂ ਬਾਅਦ ਬੱਚਿਆਂ ਦੇ ਮੋਬਾਈਲ ਫੋਨ ਟੈਬਸ ਤੇ ਲੈਪਟਾਪ ਉਹਨਾਂ ਨੂੰ ਪਰੇ ਰੱਖ ਦਿੱਤਾ ਜਾਵੇ ਤਾਂ ਕਿ ਉਹ ਹੋਰ ਚੰਗੀਆਂ ਐਕਟੀਵਿਟੀਆਂ 'ਚ ਇਨਵੋਲਵ ਹੋ ਸਕਣ ਜੇ ਦੂਸਰੀਆਂ ਆਲਟਰਨੇਟਿਵ ਐਕਟੀਵਿਟੀਆਂ 'ਚ ਮਨੋਰੰਜਨ ਵਾਲੀਆਂ ਜਾਂ ਕ੍ਰੀਏਟਿਵ ਐਕਟੀਵਿਟੀਜ਼ ਇਨਵੋਲਵ ਕਰਨੇ ਨੇ ਤਾਂ ਇਹ ਸਾਰੇ ਗੈਜੇਟਸ ਇਲੈਕਟ੍ਰੋਨਿਕਸ ਜਿਨ੍ਹਾਂ ਤੁਹਾਨੂੰ ਬੱਚਿਆਂ ਦੀ ਪਹੁੰਚ ਤੋਂ ਔਰ ਨਿਗਾਹ ਤੋਂ ਪਰੇ ਰੱਖਣੀਆਂ ਹੋਣਗੀਆਂ ਜਿੰਨੀ ਦੇਰ ਉਹ ਇਸਤੇਮਾਲ ਨਹੀਂ ਕਰ ਸਕਦੇ ਇਸ ਕਰਕੇ ਇੱਕ ਡਿਸਪਲਿਨ ਬਣਾਓ ਟਾਈਮ ਟੇਬਲ ਬਣਾਓ ਜਿਵੇਂ ਸਕੂਲ 'ਤੇ ਜਿੰਨ੍ਹੇ ਵੇਲੇ ਬਣਾਉਂਦੇ ਹੁੰਦੇ ਸੀ ਕਿ ਐਨੇ ਵਜੇ ਬੱਚਾ ਜਾਊਗਾ ਫਿਰ ਆਊਗਾ ਆ ਕੇ ਆ ਕਰੂਗਾ ਹੁਣ ਵੀ ਘਰੇ ਇੱਕ ਮਾਹੌਲ ਕ੍ਰੀਏਟ ਕਰਨ ਦਾ ਕੋਸ਼ਿਸ਼ ਕਰੋ ਕਿ ਉਹਦਾ ਸਕੂਲ ਹੋ ਰਿਹਾ ਉਸੇ ਟਾਈਮ ਟੇਬਲ ਦੇ ਅਨਸਾਰ ਬੱਚੇ ਨੂੰ ਉਠਾਓ ਉਸ ਨੂੰ ਅਨਕਰੇਜ ਕਰੋ ਮੋਟੀਵੇਟ ਕਰੋ ਉਤਸ਼ਾਹ ਦਵੋ ਔਰ ਉਸ ਨੂੰ ਪ੍ਰੋਪਰ ਆਪਣੇ ਹਿਸਾਬ ਤੇ ਵੀ ਉਨੀਆਂ ਹੀ ਤਿਆਰੀਆਂ ਰੱਖੋ ਜਿਵੇਂ ਬੱਚਾ ਸਕੂਲ ਜਾ ਰਿਹਾ ਤਾਂ ਕਿ ਬੱਚੇ ਨੂੰ ਵੀ ਇਹ ਮਹਿਸੂਸ ਹੋਵੇ ਕਿ ਇਹ ਵੀ ਇੱਕ ਅਕੈਡੈਮਿਕ ਐਕਟੀਵਿਟੀ ਆ ਨਾ ਕਿ लेट ਕੇ ਬੈਠ ਕੇ ਕਦੋਂ ਵੀ ਕੀਤੀ ਜਾ ਸਕਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਬ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਤੇ ਕਿਸ ਤਰ੍ਹਾਂ ਮਾਪਿਓ ਆਪਣੀ ਬੱਚਿਆਂ ਦੀ 멘ਟਲ ਹੈਲਥ ਦਾ ਇਸ ਵਕਤ ਧਿਆਨ ਰੱਖ ਸਕਦੇ ਨੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਜੀ ਸ਼ੁਕਰੀਆ ਸਭ ਨੂੰ ਤੇ ਜਾਂਦੇ ਜਾਂਦੇ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਕਿ ਹਮੇਸ਼ਾ ਯਾਦ ਰੱਖੋ ਗੱਲ ਕਰਨ ਨਾਲ ਹੀ ਸਮੱਸਿਆਵਾਂ ਦੇ ਹੱਲ ਹੁੰਦੇ ਨੇ ਜੇ ਤੁਸੀਂ ਝਿਜਕੋਗੇ ਤਾਂ ਸਮੱਸਿਆਵਾਂ ਵਿਗੜ ਜਾਣਗੀਆਂ ਇਸ ਕਰਕੇ ਕਰੋਗੇ ਗੱਲ ਤਾਂ ਮਿਲੇਗਾ ਹੱਲ ਆਪਣੇ ਆਸ-ਪਾਸ ਜਰੂਰ ਸ਼ੇਅਰ ਕਰੋ ਲੋਡ ਪੈਣ ਤੇ ਮਾਨਸਿਕ ਰੋਗਾਂ ਲਈ ਵੀ ਅ ਪ੍ਰੋਫੈਸ਼ਨਲ ਹੈਲਪ ਸੈਕਟਰੀਸ ਸਾਈਕੋਲੋਜਿਸਟ ਜਾਂ ਕਾਉਂਸਲਰ ਕੋਲੋਂ ਜਾਣ ਤੋਂ ਨਾਂਝਕ ਕੋ ਧੰਨਵਾਦ ਸੋ ਇਸਨ ਸਾਡੇ ਨਾਲ ਡਾਕਟਰ ਤਰਲੋਚਨ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਮਾਪਿਓ ਆਪਣੇ ਬੱਚਿਆਂ ਦੀ ਮੈਂਟਲ ਹੈਲਥ ਦਾ ਇਸ ਸਮੇਂ ਕਿਵੇਂ ਧਿਆਨ ਰੱਖ ਸਕਦੇ ਹਨ ਕਿਉਂਕਿ ਖਾਸ ਕਰਕੇ ਔਨਲਾਈਨ ਕਲਾਸਿਸ ਜਦੋਂ ਦੀਆਂ ਚੱਲ ਰਹੀਆਂ ਤਾਂ ਬੱਚੇ ਬਹੁਤ ਪ੍ਰੋਬਲਮਸ ਫੇਸ ਕਰਦੇ ਹਨ ਕਿਉਂਕਿ ਟੀਚਰਸ ਤੋਂ ਵੀ ਪ੍ਰੈਸ਼ਰ ਹੁੰਦੇ ਪੇਰੈਂਟਸ ਤੋਂ ਵੀ ਹੁੰਦੇ ਤੇ ਇਸ ਵਕਤ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਆਪਣੇ ਬੱਚੇ ਨਾਲ ਡੀਲ ਕਰਨਾ ਚਾਹੀਦਾ ਉਹ ਸਾਨੂੰ ਦੱਸਿਆ ਡਾਕਟਰ ਤਰਲੋਚਨ ਸਿੰਘ ਨੇ ਹੋਰ ਖਬਰਾਂ ਲਈ ਦੇਖਦੇ ਰਹੋ ਔਨਅਰ ਕੈਮਰਾਮੈਨ ਹਰਵਿੰਦਰ ਦੇ ਨਾਲ ਜਸਨੂਰ ਤਵਨ ਔਨਅਰ ਲੁਧਿਆਣਾ